मार देने जेड़े कौम नू जिंदगी देन वाले पहला मौत दी जुलब सवार देने पहला मौत दी जुलब सवार देने कौम जू दिया सदा कुर्बानियां ते अनक मरे ते कौम भी मर जांदी उस कौम नू सदा इतिहास पूजे विपता हस के कौम जो जर जांदी सिर दे सरदार कहाए आपा ताइयों श्री दस्तारा सोंदियां ने सिरवार नो सिंगना मूल डर दे ताइयों मौत भी सिंगा तो डर जांदी ताइयों मौत भी सिंगा तो डर जांदी लाडला सपूत दशमेश दा हो ए है लाडला सपूत दशमेश दा हो कोई सानी ना जगत विच इस दा पांच कोट बाटे विचों छके इस शेर ने पांच कोट बाटे विचों छके इस शेर ने केर केर मारे वैरी केर केर मारे वैरी केर केर मारे वैरी सूर में दिलेर ने केर केर मारे वैरी तारा जग वेखदा हो खंडा चलदा तारा जग वेखदा हो कोई सानी ना जगत विच इसदा चौकड़ा लगाई बैठा बैगुरु त्यारिया चौकड़ा लगाई बैठा वैगुरु त्यारिया जालम है लंबी नू चला रहा सिसी
ਉੱਤੇ ਜ਼ਾਲਮ ਹੈ ਰੰਬੀ ਨੂੰ ਚਲਾ ਰਿਹਾ ਕੈਸੀ ਵਗੇ ਖੂਨ ਦੀ ਧਾਰਾ ਹੈ ਬਣਿਆ ਅੱਜ ਬੰਦਾਰਾ ਮੁੱਲੇ ਲੱਖ ਤੇ ਕਰੋੜ ਇੱਕ ਕੇਸ ਦਾ ਹੋ ਮੁੱਲੇ ਲੱਖ ਤੇ ਕਰੋੜ ਇੱਕ ਕੇਸ ਦਾ ਹੋ ਕੋਈ ਸਾਨੀ ਨਾ ਜਗਤ ਵਿੱਚ ਇਸ ਦਾ ਬੰਦ ਬੰਦ ਇਸਨੇ ਕਟਾਇਆ ਦੱਸ ਦੱਸ ਕੇ ਹੋਵੇ ਕੁਰਬਾਨ ਹੋਵੇ ਕੁਰਬਾਨ ਸ਼ਮਾ ਉਤੋਂ ਹੱਸ ਹੱਸ ਕੇ ਬੰਦ ਬੰਦ ਇਸਨੇ ਕਟਾਇਆ ਦੱਸ ਦੱਸ ਕੇ ਬੰਦ ਬੰਦ ਕਟਾਇਆ ਦੱਸ ਦੱਸ ਕੇ ਕੁਰਬਾਨ ਹੋਵੇ ਕੁਰਬਾਨ ਸ਼ਮਾ ਉਤੋਂ ਹੱਸ ਹੱਸ ਕੇ ਹੋਵੇ ਕੁਰਬਾਨ ਸ਼ਮਾ ਉਤੋਂ ਹੱਸ ਹੱਸ ਕੇ ਕੋਮਲ ਬਣ ਕੌਮੀ ਪਰਵਾਨਾ ਲਾਈਆਂ ਹੱਸ ਧਰਮ ਤੋਂ ਜਾਨਾ ਛਾਦ ਹੀਰਾ ਹਰ ਪਾਲ ਮੱਥਾ ਟੇਕਦਾ ਹੋ ਛਾਦ ਹੀਰਾ ਹਰ ਪਾਲ ਮੱਥਾ ਟੇਕਦਾ ਹੋ ਕੋਈ ਸਾਨੀ ਨਾ ਜਗਤ ਵਿੱਚ ਇਸਦਾ ਹੋ ਕੋਈ ਸਾਨੀ ਨਾ ਜਗਤ ਵਿੱਚ ਇਸਦਾ ਪੜ੍ਹ ਵੇਖੇ ਸ਼ਾਸਤਰ ਦੁਨੀਆਂ ਦੇ ਗੁਰੂ ਗ੍ਰੰਥ ਜਿਹਾ ਕੋਈ ਲੱਭਦਾ ਨਹੀਂ ਭਗਤਾਂ ਦੀ ਬਾਣੀ ਦਰਜ ਕੀਤੀ ਹੰਕਾਰੀ ਦਾ ਨਾਉਂ ਫੱਬਦਾ ਨਹੀਂ ਇਹ ਕਾਗਜ਼ ਨਹੀਂ ਹਨ ਗੁਰਸਿੱਖੋ ਅੱਖਰ ਨੇ ਰਮਜਾਂ ਗੁੱਡੀਆਂ ਨੇ ਜੋ ਤਨ ਮਨ ਇਸ ਤੋਂ ਵਾਰ ਦਿੰਦੇ ਉਹਨਾਂ ਦੀਆਂ ਆਸਾਂ ਪੁੱਜੀਆਂ ਨੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਸਮਰਪਿਤ ਹੋਣ ਵਾਲਿਆਂ ਦੀਆਂ ਆਸਾਂ ਭਲਾ ਪੁੱਜਣ ਵੀ ਕਿਉਂ ਨਾ ਸਤਿਕਾਰਯੋਗ ਸਾਧ ਸੰਗਤ ਜੀ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਅੰਦਰ ਤੇ ਅਕਾਲ ਪੁਰਖ ਵਾਹਿਗੁਰੂ ਅੰਦਰ ਅਤਾ ਪਰ ਅੰਤਰ ਨਹੀਂ ਕੋਈ ਫਰਕ ਨਹੀਂ ਜੇ ਕਿਸੇ ਦੇ ਮਨ ਅੰਦਰ ਇੱਛਾ ਹੋਵੇ ਮੈਂ ਅਣਡਿੱਠਾ ਰੱਬ ਜੀ ਦੇ ਬਾਰੇ ਸੁਣੀ ਦਾ ਬਹੁਤ ਕੁਝ ਹੈ ਪਰ ਕਦੇ ਦਰਸ਼ਨ ਨਹੀਂ ਕੀਤੇ ਉਹ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰ ਲੈ ਮਨ ਵਿੱਚ ਵਿਸ਼ਵਾਸ ਰੱਖ ਲੈ ਭਈ ਮੈਂ ਰੱਬ ਜੀ ਦੇ ਦਰਸ਼ਨ ਕਰ ਰਿਹਾ ਹੈ ਤੇ ਕੋਈ ਅਤ ਕਥਨੀ ਨਹੀਂ ਬਿਲਕੁਲ ਸੱਚ ਹੈ ਜੇ ਕਿਸੇ ਦੇ ਮਨ ਅੰਦਰ ਇੱਛਾ ਹੋਵੇ ਮੈਂ ਅਕਾਲ ਪੁਰਖ ਵਾਹਿਗੁਰੂ ਰੱਬ ਜੀ ਨਾਲ ਗੱਲਾਂ ਕਰਨੀਆਂ ਉਹ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਪੜ੍ਹੇ ਵਿਚਾਰੇ ਤੇ ਮਨ ਵਿੱਚ ਵਿਸ਼ਵਾਸ ਰੱਖੇ ਮੈਂ ਰੱਬ ਜੀ ਨਾਲ ਹੀ ਗੱਲਾਂ ਕੀਤੀਆਂ ਤੇ ਕੋਈ ਅਤ ਕਥਨੀ ਨਹੀਂ ਜੇ ਕਿਸੇ ਦੇ ਮਨ 'ਚ ਇਹ ਇੱਛਾ ਹੋਵੇ ਮੈਂ ਰੱਬ ਦੀ ਗੋਦ ਵਿੱਚ ਬਹਿ ਕੇ ਵੇਖਣਾ ਰੱਬ ਦੀ ਗੋਦ ਵਿੱਚ
ਜਿਵੇਂ ਤੁਸੀਂ ਬੈਠੇ ਹੋ। ਤਨ ਕਰਕੇ ਤੇ ਆਪਾਂ ਬੈਠੇ ਸਾਰੇ ਹੀ ਆ, ਜੇ ਮਨ ਕਰਕੇ ਵੀ ਬਹਿ ਜਾਈਏ, ਵਿਸ਼ਵਾਸ ਹੋਵੇ ਮੈਂ ਰੱਬ ਦੀ ਗੋਦ ਵਿੱਚ ਬੈਠਾ ਹੈ ਤੇ ਸੱਚ ਹੈ। ਮੈਂ ਨੇ ਕਹਿੰਦਾ ਮੇਰੇ ਸਤਿਗੁਰੂ ਜੀ ਪਾਵਨ ਬਾਣੀ ਅੰਦਰ ਦੱਸਦੇ ਨੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡਿਆ ਵਰਨਾ ਕੋਈ, ਬਾਣੀ ਹੀ ਨਿਰੰਕਾਰ ਹੈ, ਬਾਣੀ ਹੀ ਰੱਬ ਹੈ, ਬਾਣੀ ਹੀ ਵਾਹਿਗੁਰੂ ਹੈ, ਬਾਣੀ ਹੀ ਅਕਾਲ ਪੁਰਖ ਹੈ, ਜਿਹਦੇ ਵਰਗਾ ਹੋਰ ਕੋਈ ਨਹੀਂ। ਹਾਂ ਆਪਾਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਸਤਾਰੇ। ਇਹ ਕਾਗਜ਼ ਨਹੀਂ ਹਨ ਗੁਰਸਿੱਖੋ, ਅੱਖਰ ਨੇ, ਰਮਜਾਂ ਗੁੱਝੀਆਂ ਨੇ, ਜੋ ਤਨ ਮਨ ਇਸ ਤੋਂ ਵਾਰ ਦਿੰਦੇ ਉਹਨਾਂ ਦੀਆਂ ਆਸਾਂ ਪੁੱਜੀਆਂ ਨੇ। ਵੇਖਿਆ ਮੈਂ ਸਾਰੀ ਦੁਨੀਆਂ ਤੇ ਸਾਰੇ ਹੀ ਇਸ ਨੂੰ ਗਾਉਂਦੇ ਨੇ, ਜਿਨ੍ਹਾਂ ਦੇ ਸਿਰ ਤੇ ਛੱਤਰ ਝੁੱਲੇ ਉਹ ਵੀ ਇਸੇ ਨੂੰ ਸੀਸ ਚੁਕਾਉਂਦੇ ਨੇ। ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵੱਲੋਂ ਆਰੰਭਿਆ ਹੋਇਆ ਮਹਾਨ ਗੁਰਮਤਿ ਸਮਾਗਮ ਸ਼ਹੀਦ ਸਿੰਘਾਂ ਦੀ ਯਾਦ ਅੰਦਰ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਹੈ। ਸਜੇ ਦੀਵਾਨ ਦੀ ਹਾਜ਼ਰੀ ਵਿੱਚ ਧੰਨ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਗੋਦ ਅੰਦਰ ਸੱਚ ਬੈਠੇ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਜੀ। ਫਤਿਹ ਦੇ ਸਿਮਰਨ ਦੇ ਨਾਲ ਆਪ ਜੀ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨ ਲਈ ਆ ਗਿਆ। ਬਖਸ਼ੋ ਕੋਈ ਰਸਨਾ ਵਾਂਝੀ ਨਾ ਰਹਿ ਜਾਏ, ਜਰਾ ਪਿਆਰ ਵਿੱਚ ਆਓ ਤੇ ਬੁਲੰਦ ਆਵਾਜ਼ ਵਿੱਚ ਆਖੋ ਪਿਆਰੇ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਤਿਹਾਸਿਕ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸੰਗਤ ਜੀ ਇੱਕ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹੈ, ਤੇ ਆਸ ਰੱਖਦਾ ਹੈ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਲਵੋ। ਆਪਾਂ ਕਦੇ ਕਿਸੇ ਦਫ਼ਤਰ ਅੱਗੇ ਜਾਈਏ ਨਾ, ਉੱਥੇ ਕੋਈ ਸਰਕਾਰੀ ਕੰਮ ਹੋਵੇ ਤੇ ਤਾਕੀ ਦੇ ਸਾਹਮਣੇ ਲਾਈਨ ਲੱਗੀ ਹੋਵੇ ਤੇ ਆਪਾਂ ਧੱਕੇ ਮਾਰ ਕੇ ਇੱਕ ਦੂਜੇ ਤੋਂ ਅੱਗੇ ਆਉਂਦੇ ਵੀ ਮੇਰੀ ਵਾਰੀ ਪਹਿਲਾਂ ਆ ਜਾਏ। ਜੇ ਕਿਤੇ ਰੇਲਵੇ ਸਟੇਸ਼ਨ 'ਤੇ ਟਿਕਟ ਲੈਣੀ ਹੋਵੇ ਤਾਂ ਵੀ ਆਪਾਂ ਪਿੱਛੇ ਲਾਈਨ ਵਿੱਚ ਲੱਗ ਕੇ ਰਾਜ਼ੀ ਨਹੀਂ ਹੁੰਦੇ। ਜੇ ਭੱਜ ਕੇ ਬੱਸ ਵਿੱਚ ਚੜ੍ਹਨਾ ਹੋਵੇ ਤੇ ਤਾਂ ਵੀ ਧੱਕੇ ਮਾਰ ਕੇ ਦੂਜਿਆਂ ਨੂੰ ਚੜ੍ਹਦੇ ਵੀ ਅੱਗੇ ਜਾ ਕੇ ਸੀਟ ਮਾਰ ਲਈ। ਅਫਸੋਸ ਆ ਵੀ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਰੱਬ ਜੀ ਦੀ ਗੋਦ ਵਿੱਚ ਬਹਿਣਾ ਹੈ ਤੇ ਏਡੀ ਏਡੀ ਦੂਰ ਤੱਕ ਆਪਾਂ ਖਿਲਰੇ ਬੈਠੇ ਹਾਂ। ਜੇ ਮੇਰੀ ਬੇਨਤੀ ਮੰਨ ਲਓ ਹੈ, ਤੁਸੀਂ ਮੇਰੇ ਨਾਲੋਂ ਸਿਆਣੇ ਹੋ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਦੋ ਮਿੰਟ ਲੱਗਣਗੇ, ਖੇਚਲ ਕਰਿਓ, ਇੱਕ ਵਾਰੀ ਉੱਠ ਕੇ ਸਾਰੇ ਲਾਗੇ ਆ ਜਾਓ, ਉੱਠੋ ਕਰੋ ਖੇਚਲੇ, ਨਹੀਂ ਕਿ ਖੇਚਲ ਕਰ ਦਿਓ। ਆ ਸਾਰੇ ਵੀਰ ਜਿਹੜੇ ਪਿੱਛੇ ਬੈਠੇ ਨੇ ਨਾ, ਆ ਜਿਹੜੇ ਪਿੱਛੇ ਨੂੰ ਵੇਖ ਰਹੇ, ਇਹਨਾਂ ਨੂੰ ਵੀ ਬੇਨਤੀ ਪਿਆ ਕੇ ਆ ਜਾਓ ਉੱਠੇ ਨੇ ਮੇਰੇ ਵੀਰ, ਆ ਜਾਓ। ਤੁਸੀਂ ਦੂਰ ਹੀ ਇੰਨੀ ਬੈਠੇ ਹੋ ਵੀ ਸਾਨੂੰ ਤੇ ਤੁਸੀਂ ਦਿਸਦੇ ਹੀ ਨਹੀਂ, ਤੇ ਤੁਹਾਡੇ ਨਾਲ ਗੱਲ ਕਿਵੇਂ ਕਰਨੀ? ਅਸੀਂ ਗੱਲਾਂ ਤੁਹਾਡੇ ਨਾਲ ਕਰਨਾ ਹੈ, ਤੁਹਾਡੇ ਵੱਡਿਆਂ ਦੀਆਂ ਗੱਲਾਂ ਤੁਹਾਨੂੰ ਸੁਣਾਉਣ ਲਈ ਆਏ। ਤੇ ਮੇਰੀ ਇੱਕ ਬੇਨਤੀ ਹੈ, ਜਦੋਂ ਵੀ ਗੁਰੂ ਘਰ ਵਿੱਚ ਆਓ ਨਾ, ਕੋਸ਼ਿਸ਼ ਇਹ ਕਰਿਆ ਕਰੋ ਵੀ ਜਿੰਨਾ ਲਾਗੇ ਗੁਰੂ ਦੇ ਹੋ ਕੇ ਬੈਠਾ ਜਾਏ। ਹਾਂ, ਜਿਹੜਾ ਬਾਅਦ ਵਿੱਚ ਆਇਆ ਉਹਨੇ ਤੇ ਪਿੱਛੇ ਜਾਣਾ ਹੀ ਹੈ। ਜਿੰਨਾ ਲਾਗੇ ਹੋ ਕੇ ਬੈਠਾ ਜਾਏ ਨਾ ਗੁਰੂ ਦੇ ਕੋਲ, ਓਨੀ ਹੀ ਦਾਤ ਗੁਰੂ ਕੋਲੋਂ ਮਿਲਦੀ ਹੈ। ਯਾਦ ਰੱਖੋ, ਕਲਾਸ ਵਿੱਚ ਉਹ ਬੱਚਾ ਪਿੱਛੇ ਬਹਿੰਦਾ ਜਿਹਨੇ ਸ਼ਰਾਰਤਾਂ ਕਰਨੀਆਂ ਹੋਣ, ਜਿਹੜਾ ਨਲਾਇਕ ਹੋਵੇ, ਤੇ ਜਿਹੜਾ ਬੱਚਾ ਮਿਹਨਤ ਕਰਦਾ ਹੋਵੇ, ਪੜ੍ਹਦਾ ਹੋਵੇ ਚੰਗਾ, ਉਹ ਅਗਲੇ ਪਾਸੇ ਅਗਲੇ ਡੈਕਸਾਂ ਤੇ ਆ ਕੇ ਬਹਿੰਦਾ ਹੈ, ਉਹ ਟੀਚਰ ਦੀਆਂ ਨਜ਼ਰਾਂ ਵਿੱਚ ਵੀ ਰਹਿੰਦਾ, ਸ਼ਰਾਰਤਾਂ ਵੀ ਨਹੀਂ ਕਰਦਾ। ਜੋ ਕਲਾਸ ਵਿੱਚ ਉਹਨੂੰ ਸਿੱਖਣ ਲਈ ਮਿਲਦਾ ਹੈ ਨਾ, ਉਹ ਆਪਣੇ ਦਿਲ ਦਿਮਾਗ ਅੰਦਰ ਉਹਨੂੰ ਛੇਤੀ ਵਸਾ ਲੈਂਦਾ। ਪਿੱਛੇ ਬੈਠੇ ਬੱਚੇ ਸ਼ਰਾਰਤਾਂ ਕਰਿਆ ਕਰਦੇ ਤੇ ਨਲਾਇਕ ਹੁੰਦੇ ਨੇ। ਇਸ ਕਰਕੇ ਆਪਾਂ ਗੁਰਮਤਿ ਦੀ ਕਲਾਸ ਵਿੱਚ ਬੈਠੇ ਹਾਂ, ਗੁਰਮਤਿ ਸਮਾਗਮ ਵਿੱਚ ਬੈਠੇ, ਜਦੋਂ ਵੀ ਕਦੇ ਗੁਰੂ ਘਰ ਆਉਣਾ ਹੋਵੇ, ਕੋਸ਼ਿਸ਼ ਇਹ ਕਰਨੀ ਵੀ ਜਿੰਨਾ ਗੁਰੂ ਦੇ ਲਾਗੇ ਬੈਠਾ ਜਾਏ ਓਨਾ ਹੀ ਚੰਗਾ। ਮੈਂ ਧੰਨਵਾਦ ਕਰਦਾ ਭੈਣਾਂ ਦਾ, ਧੰਨਵਾਦ ਕਰਦਾ ਆਪਣੇ ਵੀਰਾਂ ਦਾ, ਜਿਨ੍ਹਾਂ ਨੇ ਮੇਰੀ ਇਸ ਨਿਮਾਣੇ ਜਿਹੇ ਦੀ ਬੰਦੇ ਦੀ ਬੇਨਤੀ ਨੂੰ ਮੰਨ ਕੇ ਤੇ ਗੁਰੂ ਦੀ ਗੋਦ ਵਿੱਚ ਲਾਗੇ ਆ ਕੇ ਬਹਿਣ ਦੀ ਖੇਚਲ ਕੀਤੀ। ਸਤਿਕਾਰਯੋਗ ਸਾਧ ਸੰਗਤ, ਮੈਂ ਗੱਲ ਇੱਥੋਂ ਆਰੰਭ ਕਰਨ ਲੱਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਕੁਕਰਮ ਕਰਦਾ ਮੱਸਾ ਰੰਗੜ ਸਰਦਾਰ ਮਹਤਾਬ ਸਿੰਘ ਤੇ ਸਰਦਾਰ ਸੁਖਾ ਸਿੰਘ ਨੇ ਕਤਲ ਕਰ ਦਿੱਤਾ। ਇਹਦੇ ਕਤਲ ਦੀ ਖਬਰ ਹੈ, ਇਹਦੇ ਮੰਡਿਆਲੇ ਪਿੰਡ ਵਿੱਚ ਪੁੱਜੀ ਤੇ ਇਹਦਾ ਸ਼ਰੀਕਾ ਭਾਈਚਾਰਾ ਤੇ ਪਰਿਵਾਰ ਬੇਗਮ ਹਰਿਮੰਦਰ ਸਾਹਿਬ ਅੰਦਰ ਆਈ, ਇਹਦੀ ਲੋਥ ਨੂੰ ਚੁੱਕਿਆ, ਗੱਡੇ ਉੱਤੇ ਲੱਦਿਆ, ਖੱਫਣ ਵਿੱਚ ਲਪੇਟ ਕੇ ਗੁਰੂ ਦਰਬਾਰ ਵਿੱਚੋਂ ਲੈ ਕੇ
ਇਹ ਲਾਹੌਰ ਦਰਬਾਰ ਵੱਲੇ ਜਕਰੀਆ ਖਾਨ ਦੀ ਕਚਹਿਰੀ ਵੱਲ ਤੁਰ ਪਏ। ਜਕਰੀਆ ਖਾਨ ਦੀ ਕਚਹਿਰੀ ਵਿੱਚ ਰੱਖ ਕੇ ਲੋਥ ਹੈ ਮੱਸੇ ਦੀ ਬੇਗਮ ਨੇ ਕੀਰਨੇ ਪਾਏ, ਕੀਰਨੇ ਵੈਣ ਪਾਏ, ਤਰਲੇ ਕੀਤੇ, ਸੁਹਾਗ ਦਾ ਚੂੜਾ ਭੰਨਿਆ, ਸੁਹਾਗ ਦੀ ਨੱਥ ਨੱਕ ਵਿੱਚੋਂ ਕੱਢੀ ਤੇ ਵਗਾ ਕੇ ਸੁੱਟੀ, ਸਗਨਾਂ ਦਾ ਸਾਲੂ ਪਾੜਿਆ, ਮਿਡੀਆਂ ਪੁੱਟੀਆਂ, ਛਾਤੀਆਂ ਪਿੱਟੀਆਂ ਤੇ ਰੋ ਰੋ ਕੇ ਆਖਿਆ, ਮੱਸੇ ਦੇ ਕਤਲ ਕਰਨ ਵਾਲੇ ਕਾਤਲਾਂ ਕੋਲੋਂ ਮੈਨੂੰ ਬਦਲਾ ਲੈ ਕੇ ਦੇ। ਮੱਸੇ ਦੇ ਕਤਲ ਨੂੰ ਸੁਣ ਕੇ ਜਕਰੀਆ ਖਾਨ ਕੁਰਸੀ ਤੋਂ ਉੱਠਿਆ। ਇਹ ਆਇਆ ਮੱਸੇ ਦੀ ਲੋਥ ਦੇ ਕੋਲ, ਆਖਰੀ ਵਾਰ ਆਪਣੇ ਯਾਰ ਦਾ ਮੂੰਹ ਵੇਖਣ ਵਾਸਤੇ ਖੱਫਣ ਵਿੱਚੋਂ ਫੋਲ ਕੇ ਲੱਭਦਾ, ਪਰ ਮੂੰਹ ਤੇ ਤਾਂ ਦਿਸਦਾ ਜੇ ਉਹਦਾ ਸਿਰ ਨਾਲ ਹੁੰਦਾ। ਸਿਰ ਤਾਂ ਸੂਰਮੇ ਵੱਢ ਕੇ ਨੇਜੇ ਤੇ ਟੰਗ ਕੇ ਬੀਕਾਨੇਰ ਦੀ ਧਰਤੀ ਨੂੰ ਲੈ ਕੇ ਤੁਰ ਪਏ। ਜਦੋਂ ਆਪਣੇ ਯਾਰ ਦਾ ਆਖਰੀ ਵਾਰ ਮੂੰਹ ਵੇਖਣਾ ਵੀ ਨਸੀਬ ਨਾ ਹੋਇਆ ਤੇ ਜਕਰੀਆ ਖਾਨ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬਿਆ, ਮਾਨੋ ਸਰਕਾਰ ਡਰ ਗਈ। ਤੇ ਜਦੋਂ ਸਰਕਾਰਾਂ ਡਰ ਜਾਇਆ ਕਰਦੀਆਂ ਨੇ ਨਾ ਸਾਧ ਸੰਗਤ, ਉਦੋਂ ਦੁਨੀਆਂ ਦੇ ਲੋਕਾਂ ਉੱਤੇ ਉਹ ਕੁਝ ਕਰਕੇ ਵਿਖਾ ਦਿਆ ਕਰਦੀਆਂ ਜਿਹਦੇ ਬਾਰੇ ਕਦੇ ਸੋਚਿਆ ਕਿਸੇ ਨਾ ਹੋਵੇ। 1984 ਵਿੱਚ ਸਰਕਾਰ ਸਿੱਖਾਂ ਕੋਲੋਂ ਡਰ ਗਈ ਸੀ ਨਾ, ਤੇ ਡਰੀ ਹੋਈ ਸਰਕਾਰ ਨੇ ਜਿਹੜੀ ਫੌਜ ਬਾਹਰਲੇ ਦੇਸ਼ਾਂ ਦੇ ਹਮਲਾਵਰਾਂ ਦਾ ਟਾਕਰਾ ਕਰਨ ਵਾਸਤੇ ਭਰਤੀ ਕੀਤੀ ਹੈ, ਜਿਹੜੇ ਟੈਂਕ ਬਾਹਰਲੇ ਦੇਸ਼ਾਂ ਨਾਲ ਲੜਨ ਵਾਸਤੇ ਕੀਤੇ ਤਿਆਰ ਕੀਤੇ ਨੇ, ਜਿਹੜੀਆਂ ਤੋਪਾਂ ਦੇ ਮੂੰਹ ਦੁਸ਼ਮਣਾਂ ਦੇਸ਼ਾਂ ਵੱਲ ਕੀਤੇ ਜਾਂਦੇ ਨੇ, ਉਹ ਤੋਪਾਂ ਟੈਂਕ ਤੇ ਫੌਜਾਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਹਰਿਮੰਦਰ ਸਾਹਿਬ ਉੱਤੇ ਚੜ੍ਹ ਕੇ ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰੀ ਕੀਤਾ ਅਤੇ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਇਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਵੀ ਫਟਲ ਕੀਤਾ। ਮੇਰੇ ਕਹਿਣ ਤੋਂ ਭਾਵ ਸਰਕਾਰਾਂ ਜਦੋਂ ਡਰ ਜਾਣ ਨਾ, ਡਰੀਆਂ ਹੋਈਆਂ ਸਰਕਾਰਾਂ ਉਹ ਕੁਝ ਕਰਕੇ ਵਿਖਾ ਦਿਆ ਕਰਦੀਆਂ ਜਿਹਦੇ ਬਾਰੇ ਦੁਨੀਆਂ ਦੇ ਲੋਕਾਂ ਨੇ ਕਦੇ ਸੋਚਿਆ ਨਾ। ਹੁਣ ਜਕਰੀਆ ਖਾਨ ਸੋਚਦਾ ਮੇਰੇ ਇਲਾਕੇ ਦੇ ਥਾਪੇ ਹੋਏ ਸਰਕਾਰੀ ਚੌਧਰੀਆਂ ਨੇ, ਸਰਕਾਰ ਦੇ ਟਾਊਟਾਂ ਨੇ ਕਈ ਵਾਰ ਮੇਰੇ ਕੋਲੋਂ ਲਿਖਤੀ ਵਾਅਦੇ ਕਰ ਕਰਕੇ ਨਾਮ ਲੈ ਕੇ ਖਾ ਲਏ। ਅਸਾਂ ਆਪਣੇ ਆਪਣੇ ਇਲਾਕੇ ਵਿੱਚੋਂ ਸਿੱਖਾਂ ਦਾ ਨੇਸ ਤੋਂ ਨਾਬੂਦ ਕਰ ਦਿੱਤਾ, ਖਤਮ ਕਰ ਦਿੱਤੇ ਨੇ, ਪਰ ਇਹ ਮੱਸੇ ਦੇ ਕਤਲ ਕਰਨ ਵਾਲੇ ਕਾਤਲ ਕਿੱਥੋਂ ਆਏ ਇਹਨਾਂ ਨੂੰ ਪੁੱਛਣਾ ਚਾਹੀਦਾ। ਸੱਦ ਲੈ ਸਰਕਾਰ ਦੇ ਟਾਊਟ, ਸੱਦ ਲੈ ਚੌਧਰੀ, ਪਾ ਕੇ ਢਿੱਡ ਪਰ ਨੇ ਧਰਤੀ ਉੱਤੇ ਲੰਮਿਆਂ ਇਹਨਾਂ ਉੱਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਸਿਪਾਹੀ ਬੈਂਤਾਂ ਨਾਲ ਮਾਰ ਮਾਰਦਾ, ਲਾਗੇ ਖਲੋਤਾ ਜਕਰੀਆ ਖਾਨ ਨਾਲੇ ਗਾਲਾਂ ਦਿੰਦਾ, ਨਾਲੇ ਸਵਾਲ ਕਰਕੇ ਪੁੱਛਦਾ, ਦੱਸੋ ਓ ਚੌਧਰੀ ਮੱਸੇ ਦੇ ਕਾਤਲ, ਸਰਕਾਰ ਦੇ ਬਾਗੀ, ਤੇ ਤੁਹਾਡੇ ਜਵਾਈ ਕਿੱਥੋਂ ਆਏ ਹੋਏ? ਜਿੰਨਾ ਚਿਰ ਤੱਕ ਮੱਸੇ ਦੇ ਕਾਤਲਾਂ ਦੀ ਖਬਰ ਨਹੀਂ ਦਿਓਗੇ, ਕੁੱਟ ਕੁੱਟ ਕੇ ਤੁਹਾਡੀਆਂ ਹੱਡੀਆਂ ਚੂਰ ਕਰ ਦਿਆਂਗਾ, ਚੂਰ ਹੋਈਆਂ ਹੱਡੀਆਂ ਵਿੱਚੋਂ ਮੱਸੇ ਦੇ ਕਾਤਲ ਲੱਭਾਂਗਾ। ਰਾਮਾ ਰੰਧਾਵਾ, ਕਰਮਾ ਸ਼ੀਨਾ, ਚੌਧਰੀ ਸਾਹਿਬ ਰਾਏ ਤੇ ਕੁਝ ਹੋਰ ਚੌਧਰੀ ਆਪਣੇ ਹਿੱਸੇ ਦੇ ਇੱਕ ਵਾਰੀ ਮਾਰ ਖਾ ਚੁੱਕੇ ਨੇ। ਵਾਰੀ ਆ ਗਈ ਹਰ ਭਗਤ ਨਰੰਜਣੀਏ ਜੰਡਿਆਲੀਏ ਚੌਧਰੀ ਦੀ, ਜਿਹੜਾ ਸਰਕਾਰ ਦਾ ਬਾਕੀ ਚੌਧਰੀਆਂ ਨਾਲੋਂ ਬਹੁਤਾ ਵੱਡਾ ਪਿੱਠੂ ਹੈ ਤੇ ਸਰਕਾਰ ਦਾ ਇਹਦੀ ਪਿੱਠ ਉੱਤੇ ਬਹੁਤ ਵੱਡਾ ਹੱਥ ਹੈ, ਜਿਹਦੇ ਸਾਹਮਣੇ ਬਾਕੀ ਦੇ ਚੌਧਰੀ ਕਮਾਨ ਵਾਂਗੂ ਝੁੱਕ ਝੁੱਕ ਕੇ ਸਲਾਮਾਂ ਕਰਿਆ ਕਰਦੇ ਸਨ। ਜਦੋਂ ਇਹਨੂੰ ਵੀ ਮਾਰ ਪੈਣ ਲੱਗ ਪਈ, ਕਈ ਵਾਰ ਬੰਦਾ ਸਰੀਰ ਦੀ ਪੀੜ ਨੂੰ ਸਹਿ ਸਕਦਾ ਪਰ ਮਾਨਸਿਕ ਪੀੜਾ ਸਹਿਣਾ ਬੜਾ ਔਖਾ ਹੋਇਆ ਕਰਦਾ। ਜਦੋਂ ਉਹਦੀ ਚੌਧਰ ਨੂੰ ਵੱਜਣ ਲੱਗ ਪੈਣ, ਜਿਹੜੇ ਲੋਕ ਉਹਨੂੰ ਸਲਾਮਾਂ ਕਰਦੇ ਹੋਣ ਉਹਨਾਂ ਦੇ ਸਾਹਮਣੇ ਸਰਕਾਰ ਦੀ ਮਾਰ ਪੈਂਦੀ ਹੋਵੇ, ਜਰਨਾ ਔਖਾ ਹੁੰਦਾ ਹੈ। ਹਰ ਭਗਤ ਨਰੰਜਣੀਆਂ ਜੰਡਿਆਲੀਆ ਚੌਧਰੀ ਕਹਿੰਦਾ, ਸਰਕਾਰ ਮੈਂ ਮੱਸੇ ਦੇ ਕਾਤਲ ਤੇ ਦੱਸਣ ਲਈ ਤਿਆਰ ਹਾਂ, ਪਰ ਮਾਰਨਾ ਤੇ ਬੰਦ ਕਰ ਦਿਓ ਨਾ, ਮਾਰ ਖਾਂਦਿਆਂ ਤੇ ਸਾਹ ਲੈਣਾ ਔਖਾ ਹੈ, ਮੈਂ ਤੁਹਾਨੂੰ ਮੱਸੇ ਦੇ ਕਾਤਲ ਕਿਵੇਂ ਦੱਸਾਂ? ਜਕਰੀਆ ਖਾਨ ਨੇ ਇਸ਼ਾਰਾ ਕੀਤਾ, ਸਿਪਾਹੀ ਮਾਰਨੋਂ ਹਟੇ। ਹਰ ਭਗਤ ਨਰੰਜਨੀਆਂ ਜੰਡਿਆਲੀਆ ਚੌਧਰੀ ਪਾ ਕੇ ਗਲ ਵਿੱਚ ਪੱਲਾ ਥੋੜ੍ਹਾ ਅੱਗੇ ਵੱਧ ਕੇ ਜਕਰੀਆ ਖਾਨ ਵੱਲੇ ਕਹਿੰਦਾ, ਸਰਕਾਰ ਮੈਂ ਦੱਸਾਂ ਮੱਸੇ ਦਾ ਕਤਲ ਕਿਹਨਾਂ ਨੇ ਕੀਤਾ ਹੈ? ਤੇ ਜਕਰੀਆ ਖਾਨ ਨੇ ਵੱਡੀ ਸਾਰੀ ਗਾਲ ਕੱਢ ਕੇ ਆਖਿਆ, ਹੋਰ ਮੈਂ ਤੇਰੇ ਕੋਲੋਂ ਗੀਤਾ ਦੇ ਅਰਥ ਤੇ ਨਹੀਂ ਸੁਣਨੇ, ਮੈਂ ਮੱਸੇ ਦੇ ਕਾਤਲ ਹੀ ਪੁੱਛਦਾ, ਹੱਥ ਜੋੜ ਜੰਡਿਆਲੀਏ ਅਰਜ ਕੀਤੀ ਹੋਵੇ ਹੁਕਮ ਤਾਂ ਕਰਾਂ ਬਿਆਨ ਸੂਬੇ, ਜਾਣੇ ਰਾਮ ਨਾਲ ਸਿੱਖਾਂ ਦੀ ਸਮਝ ਆਵੇ ਕਿਹੋ ਜਿਹੇ ਨੇ ਇਨਸਾਨ ਸੂਬੇ, ਅਸੀਂ ਮਾਰਦੇ ਖੱਪ ਲੱਥੇ ਪਰ ਇਹ ਸਗੋਂ ਦੂਣੇ ਹੁੰਦੇ ਜਾਣ ਸੂਬੇ, ਜਿੱਥੇ ਬਾਹਰ ਦੀ ਚਿੜੀ ਨਾ ਫੜਕ ਸਕੇ ਉੱਥੇ ਪਹੁੰਚ ਕੇ ਕਰਨ ਨੁਕਸਾਨ ਸੂਬੇ। ਕਹਿੰਦਾ ਹੱਦ ਹੋ ਗਈ, ਹਰ ਅੰਮ੍ਰਿਤਸਰ ਦੀ ਹਰ ਇੱਕ ਗਲੀ ਬਾਜ਼ਾਰ ਅੰਦਰ ਸਰਕਾਰ ਦੀ ਫੌਜ ਗਸ਼ਤ ਕਰਦੀ ਫਿਰਦੀ, ਅੰਮ੍ਰਿਤਸਰ ਦੇ ਪਾਵਨ ਹਰਿਮੰਦਰ ਸਾਹਿਬ ਦੇ ਪਵਿੱਤਰ ਸਥਾਨ ਤੇ ਪਰਿਕਰਮਾ ਵਿੱਚ ਦਾਖਲ ਹੋਣ ਲਈ ਜਿੰਨੇ ਰਸਤੇ ਨੇ ਉਹਨਾਂ ਸਾਰੇ ਦਰਵਾਜ਼ੇ ਰਸਤਿਆਂ ਉੱਤੇ ਪਹਿਰੇ ਲੱਗੇ ਹੋਏ ਨੇ, ਜੇ ਭਲਾ ਬੰਦਾ ਪਰਿਕਰਮਾ ਵਿੱਚ ਦਾਖਲ ਹੋ ਵੀ ਜਾਏ
ਹਰਿਮੰਦਰ ਸਾਹਿਬ ਪਹੁੰਚਣ ਵਾਸਤੇ ਕੇਵਲ ਇੱਕ ਰਸਤਾ ਹੈ, ਦਰਸ਼ਨੀ ਡਿਓੜੀ ਤੋਂ ਲੰਘ ਕੇ ਪੁਲ ਦੇ ਉੱਤੋਂ ਦੀ ਜਾ ਕੇ ਹਰਿਮੰਦਰ ਸਾਹਿਬ ਅੰਦਰ ਜਾਇਆ ਜਾਂਦਾ ਹੈ ਤੇ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਅੱਗੇ ਵੀ ਬੜਾ ਤਕੜਾ ਸਖ਼ਤ ਪਹਿਰਾ ਲੱਗਾ ਹੋਇਆ ਹੈ। ਇੰਨੀ ਸਖ਼ਤੀ ਅੰਦਰ ਹੈ, ਜੇ ਵੇਖਿਆ ਜਾਏ ਤੇ ਅਸਮਾਨ ਦੇ ਰਸਤੇ ਉੱਡ ਕੇ ਚਿੜੀ ਹਰਿਮੰਦਰ ਸਾਹਿਬ ਅੰਦਰ ਨਹੀਂ ਜਾ ਸਕਦੀ, ਹੱਦ ਹੋ ਗਈ। ਇਹ ਇੰਨੀ ਕਰੜੀ ਸੁਰੱਖਿਆ ਵਾਲੇ ਥਾਂ ਉੱਤੇ ਬੈਠੇ ਹੋਏ ਮੱਸੇ ਨੂੰ ਵੀ ਕਤਲ ਕਰ ਗਏ, ਜਿੱਥੇ ਬਾਹਰ ਦੀ ਚਿੜੀ ਨਾ ਫੜਕ ਸਕੇ ਉੱਥੇ ਪਹੁੰਚ ਕੇ ਕਰਨ ਨੁਕਸਾਨ ਸੂਬੇ। ਇਹ ਮੱਸਾ ਇੱਕ ਨਾਮ ਆ ਰਿਹਾ ਸਮਝ ਲੈਣਾ, ਵਾਰੀ ਆਪਣੀ ਵੀ ਆਈ ਜਾਣ ਸੂਬੇ। ਮੀਰਾਂ ਕੋਟ ਦਾ ਭੰਗੂ ਮਹਿਤਾਬ ਸਿੰਘ ਜੋ ਬੜਾ ਧਾੜਵੀ ਅਤੇ ਬਲਵਾਨ ਸੂਬੇ, ਪਿੰਡ ਵਿੱਚੋਂ ਮੈਂ ਉਸ ਨੂੰ ਕੱਢ ਛੱਡਿਆ ਹੈ। ਬੀਕਾਨੇਰ ਲੈ ਬੈਠਾ ਪੁਰਾਣ ਸੂਬੇ, ਇਹ ਕੋਹ ਤੇ ਉਹੋ ਜਿਹਾ ਨਾਲੇ ਉਹਦੇ, ਮਾੜੀ ਕੰਬੋ ਕੀ ਦਾਤ ਤਰਖਾਣ ਸੂਬੇ। ਮੱਸੇ ਚੌਧਰੀ ਦੇ ਕਾਤਲ ਹੈਨ ਦੋਵੇਂ, ਨਾ ਉਹ ਖੌਫ ਹਜ਼ੂਰ ਦਾ ਖਾਣ ਸੂਬੇ। ਹਿੰਮਤ ਹੈ ਤਾਂ ਲਵੇ ਸਰਕਾਰ ਬਦਲਾ, ਐਵੇਂ ਸਾਡੀ ਕਿਉਂ ਮਾਰਦੇ ਹੋ ਜਾਨ ਸੂਬੇ। ਸਰਕਾਰ ਤੁਹਾਡੀਆਂ ਬਾਹਾਂ 'ਚ ਬਾਲਾ ਹੈ। ਮੱਸੇ ਦੇ ਕਾਤਲ ਸਰਦਾਰ ਮਹਿਤਾਬ ਸਿੰਘ ਮੀਰਾਂ ਕੋਟ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋ ਕੀ, ਇਸ ਵੇਲੇ ਬੀਕਾਨੇਰ ਦੀ ਧਰਤੀ ਤੇ ਰਹਿੰਦੇ ਨੇ। ਅਸੀਂ ਤੇ ਸਰਕਾਰ ਦੇ ਟੁਕੜਿਆਂ ਤੇ ਪੜਨ ਵਾਲੇ ਸਰਕਾਰੀ ਬੰਦੇ, ਸਾਨੂੰ ਸਰਕਾਰ ਕਿਉਂ ਮਾਰਦੀ ਹੈ? ਜੇ ਬਾਹਾਂ 'ਚ ਬਲ ਹੈ, ਜੇ ਦਿਲੇ ਅੰਦਰ ਦਲੇਰੀ ਹੈ, ਉਹਨਾਂ ਕੋਲੋਂ ਜਾ ਕੇ ਬਦਲਾ ਲੈ ਲਓ। ਜ਼ਕਰੀਆ ਖਾਨ ਨੇ ਸੁਣਿਆ ਮੱਸੇ ਦਾ ਕਤਲ ਹੈ, ਸਰਦਾਰ ਮਹਿਤਾਬ ਸਿੰਘ ਮੀਰਾਂ ਕੋਟ ਤੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਿਆਂ ਨੇ ਕੀਤਾ, ਸੱਦਿਆ ਫੌਜਦਾਰ ਨੂਰਦੀਨ ਨੂੰ ਆਪਣੇ ਕੋਲ, ਫਿਰ ਇਸ਼ਾਰਾ ਕਰਕੇ ਆਖਿਆ ਵੇਖ ਹੋਏ ਨੂਰਦੀਨਾ, ਅੱਜ ਐਵੇਂ ਮੱਸੇ ਦੀਆਂ ਬੇਗਮਾਂ ਕੀਰਨੇ ਕਰਦੀਆਂ, ਵਾਲ ਖੋਹਦੀਆਂ, ਪਿਟਣੇ ਕਰਦੀਆਂ, ਠੀਕ ਇਸੇ ਤਰ੍ਹਾਂ ਦੇ ਵੈਣ ਤੇ ਪਿਟਣੇ ਪਾਉਣ ਲਈ ਮੈਂ ਤੇਰੀ ਡਿਊਟੀ ਲਾਉਣਾ। ਸ਼ਾਹੀ ਸੈਨਾ ਨੂੰ ਨਾਲ ਲੈ ਕੇ ਮੀਰਾਂ ਕੋਟ ਪਿੰਡ ਉੱਤੇ ਹਮਲਾਵਰ ਹੋਣ ਲਈ ਜ਼ਕਰੀਆ ਖਾਨ ਨੇ ਨੂਰਦੀਨ ਫੌਜਦਾਰ ਨੂੰ ਹੁਕਮ ਹੇ ਆਇਓ ਦਿੱਤਾ। ਜਿਵੇਂ
ਭੈਣ ਪਵਾ ਕਰਨ ਲੱਗਾ। ਸਪੀਕਰ ਵਾਲੇ ਵੀਰ ਨੂੰ ਬੇਨਤੀ ਹੈ, ਤੇਰੇ ਹੱਥ 'ਚ ਸਾਡੀ ਡੋਰ ਹੈ ਅਤੇ ਤੂੰ ਕਦੀ ਇਹਨੂੰ ਘੱਟ ਕਰ ਦਿੰਦਾ, ਕਦੀ ਵੱਧ ਕਰ ਦਿੰਦਾ, ਜਿੰਨਾ ਕੁ ਅਸੀਂ ਜ਼ੋਰ ਲਾਉਂਦੇ ਉਨਾ ਕੁ ਤੂੰ ਸੁੱਚ ਨੱਪ ਦਿੰਦਾ, ਗੱਲ ਠੀਕ ਨਹੀਂ। ਬੀਬਾ ਭਾਊ ਇੱਕ ਥਾਂ ਟਿਕਾ ਦੇ, ਸਾਨੂੰ ਸਾਡੀ ਆਵਾਜ਼ ਦਾ ਪਤਾ ਤਾਂ ਲੱਗੇ, ਅਸੀਂ ਆਉਂਦੇ ਕੀ। ਮੈਂ ਬੇਨਤੀ ਕਰ ਰਿਹਾ ਸਾ, ਫੌਜਦਾਰ ਨੂਰਦੀਨ ਬਹੁਤੇ ਚਾਅ ਨਾਲ ਤਿਆਰੀ ਕਿਉਂ ਕਰਨ ਲੱਗਾ, ਉਹਦਾ ਕਾਰਨ ਕੀ? ਇਸ ਤੋਂ ਪਹਿਲਾਂ ਜਦੋਂ ਵੀ ਕਿਸੇ ਮੁਹਿੰਮ ਉੱਤੇ ਗਿਆ ਹੋਵੇਗਾ ਤਾਂ ਟਾਕਰਾ ਕਿਸੇ ਮਰਦ ਨਾਲ ਹੋਇਆ ਹੋਵੇਗਾ, ਮਰਦ ਨਾਲ, ਪਰ ਇਸ ਵਾਰ ਸੁਣ ਚੁੱਕਾ ਹੈ। ਸਰਦਾਰ ਮਹਿਤਾਬ ਸਿੰਘ ਪਿੰਡ ਵਿੱਚ ਨਹੀਂ ਰਹਿੰਦਾ ਤੇ ਹਮਲਾਵਰ ਹੋ ਕੇ ਚੱਲਿਆ, ਉਸ ਮਰਦ ਸੂਰਮੇ ਸਰਦਾਰ ਮਹਿਤਾਬ ਸਿੰਘ ਦੀ ਧਰਮ ਪਤਨੀ ਅਤੇ ਉਹਦੇ ਬੱਚਿਆਂ 'ਤੇ ਹਮਲਾਵਰ ਹੋਣ ਲਈ, ਸਾਹਮਣੇ ਨਜ਼ਰ ਕੋਈ ਨਹੀਂ ਆਉਂਦਾ ਸੂਰਮਾ, ਇਸ ਕਰਕੇ ਬਹੁਤੇ ਚਾਅ ਨਾਲ ਤਿਆਰੀ ਕਰਨ ਲੱਗਾ ਅਤੇ ਉਹ ਸੂਰਮੇ ਦੇ ਬੱਚਿਆਂ ਅਤੇ ਇਸਤਰੀ ਉੱਤੇ ਹਮਲਾਵਰ ਹੋਣ ਲੱਗਾ, ਜਿਹਨੇ ਆਪਣੀ ਜ਼ਿੰਦਗੀ ਅੰਦਰ ਕਦੇ ਕਿਸੇ ਇਸਤਰੀ ਉੱਤੇ, ਕਦੇ ਬੱਚੇ ਉੱਤੇ, ਕਦੇ ਡਿੱਗੇ ਉੱਤੇ, ਕਦੇ ਨਿਹੱਥੇ ਉੱਤੇ, ਕਦੇ ਭੱਜੇ ਉੱਤੇ, ਕਦੇ ਬਜ਼ੁਰਗ ਉੱਤੇ ਵਾਰ ਹੀ ਨਹੀਂ ਕੀਤਾ। ਬਸ ਆਹ ਹੀ ਫਰਕ ਹੁੰਦਾ ਜ਼ਾਲਮ ਅਤੇ ਸੂਰਮੇ ਦੇ ਅੰਦਰ। ਸਤਿਕਾਰਯੋਗ ਸਾਧ ਸੰਗਤ, ਜਿਹੜੀ ਤਲਵਾਰ ਹੈ ਨਾ ਕਿਰਪਾਨ, ਇਹ ਲੋਹਾ ਜ਼ਾਲਮ ਦੇ ਹੱਥ ਵਿੱਚ ਵੀ ਕਿਰਪਾਨ ਦੇ ਰੂਪ ਵਿੱਚ ਹੁੰਦਾ ਹੈ ਤੇ ਧਰਮੀ ਦੇ ਹੱਥ ਵਿੱਚ ਵੀ ਹੁੰਦਾ ਹੈ, ਪਰ ਜਦੋਂ ਇਹ ਕਿਸੇ ਧਰਮੀ ਦੇ ਹੱਥ ਵਿੱਚ ਆਉਂਦੀ ਹੈ, ਕਿਸੇ ਪਰਉਪਕਾਰੀ ਦੇ ਹੱਥ ਵਿੱਚ ਆਉਂਦੀ ਹੈ, ਕਿਸੇ ਮਰਦ ਦੇ ਹੱਥ ਵਿੱਚ ਆਉਂਦੀ ਹੈ, ਕਿਸੇ ਸੂਰਮੇ ਦੇ ਹੱਥ ਵਿੱਚ ਆਉਂਦੀ ਹੈ, ਉਦੋਂ ਇਹਦਾ ਨਾਂ ਕਿਰਪਾਨ ਹੁੰਦਾ ਹੈ। ਕਿਰਪਾਨ ਭਾਵ ਕਿਰਪਾ ਕਰਨ ਵਾਲੀ। ਜਦੋਂ ਕਿਸੇ ਜ਼ਾਲਮ ਦੇ ਹੱਥ ਵਿੱਚ ਆਉਂਦੀ ਹੈ, ਉਦੋਂ ਇਹਦਾ ਨਾਂ ਜ਼ੁਲਮੀ ਤਲਵਾਰ ਹੁੰਦਾ ਹੈ। ਮਰਦ ਦੇ ਹੱਥ ਵਿੱਚ ਹੋਵੇ, ਸੂਰਮੇ ਦੇ ਹੱਥ ਵਿੱਚ ਹੋਵੇ ਤੇ ਮਾਸੂਮਾਂ ਦੀ, ਮਜ਼ਲੂਮਾਂ ਦੀ ਜ਼ਿੰਦਗੀ ਦੀ ਰਾਖੀ ਕਰਿਆ ਕਰਦੀ ਹੈ। ਇਹ ਕਿਸੇ ਜ਼ਾਲਮ ਦੇ ਹੱਥ ਵਿੱਚ ਹੋਵੇ ਤੇ ਮਾਸੂਮਾਂ ਤੇ ਮਜ਼ਲੂਮਾਂ ਦੀ ਜ਼ਿੰਦਗੀ ਨੂੰ ਖੋਹ ਲਿਆ ਕਰਦੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਹੱਥ ਵਿੱਚ ਵੀ ਸ੍ਰੀ ਸਾਹਿਬ ਕਿਰਪਾਨ ਹੈ, ਔਰੰਗਜ਼ੇਬ ਦੇ ਹੱਥ ਵਿੱਚ ਵੀ ਕਿਰਪਾਨ ਹੈ, ਪਰ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਦੁਨੀਆਂ ਭਰ ਦੇ ਇਤਿਹਾਸਕਾਰਾਂ ਨੇ ਵੱਡੇ ਵੱਡੇ ਮਰਤਬਿਆਂ ਨਾਲ, ਬੜੀਆਂ ਬੜੀਆਂ ਪਦਵੀਆਂ ਨਾਲ ਸਤਿਕਾਰ ਦਿੱਤਾ ਹੈ। ਵਾਹ, ਪ੍ਰਗਟਿਓ ਮਰਦਿਆ ਅਗੰਮੜਾ ਵਰਿਆਮ, ਅਕੇਲਾ ਮਰਦ ਅਗੰਮੜਾ ਵਰਿਆਮ ਅਕੇਲਾ,
वाहो वाहो गोबिंद सिंह आपे गुर चेला, ते दूजे पासे औरंगजेब दे हथ विच वी तलवार है। दुनिया दे इतिहास ने जुलमी बादशाह आखे, भावना वक्री वक्री होया करदी है। डाक्टर दे हथ विच वी छुरी है ते कातल दे हथ विच वी छुरी है। जदों डाक्टर किसे मरीज दा प्रश्न करदा, उहदी छाती नूं चीरदा, उहदे विच दिल कढ के पासे रख दिंदा है। रब ना करे डाक्टर दे इलाज करदिआं बंदा मर जाए, ते डाक्टर उत्ते कदे कतल दा परचा नहीं हुंदा, उहदी भावना होर हुंदी। किसे कातल ने किसे उत्ते छुरी नाल वार कीता होवे, बंदा बच जाए। जे उहदे उत्ते कतल दा परचा नहीं ते रात दा कतल दा परचा हो जांदा, रब दी करनी है बच गया। इन्हें मारन वास्ते वार कीता सी, क्योंकि दोवां दी भावना विच फर्क है। फर्क की है? डाक्टर अपनी छुरी हथियार नूं चलाउंदा है बंदे नूं बचाउण लई, उहदे दिल कढ के पासे रखदा है, पर जालम तलवार चलाउंदा उहदी जिंदगी खोण लई। जे बच भी जाए ते उहदे उत्ते परचा दर्ज हो जांदा है। इह फर्क हुंदा है सूरमे अंदर ते जालम अंदर। हुकम पा चट नूरदीन ने फौज चढ़ाई, नाल चढ़े मंडियाली मसे दे भाई। अग जिन्हां दे अंदर ही मच रही सवाई, दुश्मन दी विच रत दे जो चौण बधाई। किसे उठाया रैगला किसे तेग उठाई, रगड़ किसे ने शान ते बरसी चमकाई। तंदी ला कमान दी किसे नवी चढ़ाई, शीतल परखे जाणगे सब विच लड़ाई। आली आली दे मारदे होए नारे, लाहौर तो चलनी शाही सेना ते अमृतसर तो अगे लंघ के मीरांकोट पिंड नूं आके घेरा पा लिया। सरकार दी पुलिस होवे, फौज होवे, BSF होवे जां CRP होवे, ओ पिंडां नूं घेरा किवें पाउंदी है? मेरा ख्याल आ पे पंजाब दे लोकां नूं इस दसण दी लोड नहीं, क्योंकि पिछले समय अंदर 150 दहाका पंजाबियां ने इन्हां घेरियां दा संताप अपने पिंडे उत्ते हंडा के वेखे। सरकार दी फौज पिंड नूं घेरा पा के चार फेरे रस्ते रोक के नाकाबंदी कर दिंदी है। पिंड दी सथ विच पिंड दे मोहतबर पंचायत दे बंदे ते मोहतबर पतवंत ते सज्जणां नूं सद लिया जांदा है। फिर जिहड़े बंदे दी लोड होवे उहनूं लभ लिया जांदा है। फौजदार नूरदीन ने पिंड मीरांकोट नूं आ के पा लिया घेरा, सथ विच सद लए पतवंत ते सज्जण। ਉਹ ਸੱਥ ਦੇ ਵਿੱਚ ਜਿੱਥੇ ਨਗਰ ਦੇ ਪਤਵੰਤ ਤੇ ਹੋਰ ਸੱਜਣ ਬੈਠੇ ਨੇ ਨਾ, ਉੱਥੇ ਚੌਧਰੀ ਨੱਥਾ ਖਹਿਰਾ ਵੀ ਉਸ ਸੱਥ ਵਿੱਚ ਬੈਠਾ ਹੈ। ਚੌਧਰੀ ਨੱਥਾ ਖਹਿਰਾ ਸਰਕਾਰ ਵੱਲੋਂ ਥਾਪਿਆ ਹੋਇਆ ਇਸ ਇਲਾਕੇ ਦਾ ਚੌਧਰੀ ਹੈ, ਤੇ ਸਰਦਾਰ ਮਹਿਤਾਬ ਸਿੰਘ ਨਾਲ ਪੱਗ ਵੱਟੀ ਹੋਈ ਹੈ, ਪੱਗ ਵੱਟ ਭਰਾ ਹੈ। ਇਨਸਾਨੀਅਤ ਦੇ ਫਰਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਨਿਭਾਉਣਾ ਜਾਣਦਾ ਹੈ। ਜਦੋਂ ਫੌਜਦਾਰ ਨੂਰਦੀਨ ਨੇ ਇਸ ਸੱਥ ਵਿੱਚ ਬੈਠਾ ਚੌਧਰੀ ਨੱਥਾ ਵੇਖਿਆ, ਰੋਹ ਵਿੱਚ ਆ ਕੇ ਮੱਥੇ ਤੇ ਤਿਊੜੀ ਪਾ ਕੇ ਬੜੇ ਗੁੱਸੇ ਨਾਲ ਸੰਬੋਧਨ ਕਰਕੇ ਆਖਿਆ, ਓ ਨੱਥਿਆ, ਓ ਤੇਰੇ ਪਿੰਡ ਵਿੱਚ ਸਰਕਾਰ ਦਾ ਬਾਗੀ ਚੌਧਰੀ ਮੱਸੇ ਦਾ ਕਾਤਲ ਲੈਂਦਾ, ਤੇ ਖਬਰ ਕਿਉਂ ਨਹੀਂ ਕੀਤੀ? ਚੌਧਰੀ ਨੱਥਾ ਗੱਲ ਗੋਲ ਦੀ ਕਰਦਾ, ਗੋਲ ਦੀ ਸਰਕਾਰ ਸ਼ਿਕਾਇਤ ਤੇ ਮੈਂ ਤਾਂ ਹੀ ਕਰਦਾ ਨਾ, ਜੇ ਸਰਦਾਰ ਮਹਿਤਾਬ ਸਿੰਘ ਪਿੰਡ ਵਿੱਚ ਹੁੰਦਾ। ਸਰਦਾਰ ਮਹਿਤਾਬ ਸਿੰਘ ਤੇ ਪਿੰਡ ਛੱਡ ਕੇ ਬੜੇ ਚਿਰ ਦਾ ਨਿਕਲ ਗਿਆ, ਮੈਂ ਖਬਰ ਕਿਹਦੀ ਕਰਦਾ? ਚੌਧਰੀ ਨੱਥੇ ਦਾ ਗੋਲ ਜਿਹਾ ਜਵਾਬ ਦੇਣ ਦਾ ਕਾਰਨ ਸੀ ਵੀ ਫੌਜਦਾਰ ਸਮਝ ਲਵੇ, ਜੇ ਸਰਦਾਰ ਮਹਿਤਾਬ ਸਿੰਘ ਪਿੰਡ ਵਿੱਚ ਨਹੀਂ ਰਹਿੰਦਾ ਤੇ ਉਹਦੇ ਪਰਿਵਾਰ ਦਾ ਕੋਈ ਹੋਰ ਜੀਵ ਵੀ ਨਹੀਂ ਆਉਣਾ। ਪਰ ਇਹ ਗੱਲ ਗੋਲ ਨਾ ਰਹਿਣ ਦਿੱਤੀ ਹਰ ਭਗਤ ਨਿਰੰਜਨੀ ਜੰਡਿਆਲੀ ਹੈ ਚੌਧਰੀ ਨੇ, ਕਹਿੰਦਾ ਫੌਜਦਾਰ ਸਾਹਿਬ ਇਹ ਗੱਲ ਮੈਂ ਜਕਰੀਆ ਖਾਨ ਦੀ ਕਚਹਿਰੀ ਲਾਹੌਰ ਦੱਸਾਂ, ਮਹਿਤਾਬ ਸਿੰਘ ਪਿੰਡ ਵਿੱਚ ਨਹੀਂ ਰਹਿੰਦਾ, ਪਰ ਮਹਿਤਾਬ ਸਿੰਘ ਦਾ ਪੁੱਤ ਇਸ ਪਿੰਡ ਵਿੱਚ ਰਹਿ ਕੇ ਪੜਦਾ, ਨੱਥੇ ਨੂੰ ਹੁਕਮ ਦਿਓ ਕਿ ਉਹਦਾ ਬੱਚਾ ਲਿਆ ਕੇ ਪੇਸ਼ ਕਰ ਦੇਵੇ। ਫੌਜਦਾਰ ਨੇ ਆਖਿਆ, ਲਿਆ ਓਏ ਨੱਥਿਆ, ਉਸ ਸਰਕਾਰ ਦੇ ਬਾਗੀ ਦਾ ਬੱਚਾ ਮੇਰੇ ਹਵਾਲੇ ਕਰ। ਚੌਧਰੀ ਨੱਥੇ ਨੇ ਜਦੋਂ ਸੁਣਿਆ ਉਹਦੇ ਪੈਰਾਂ ਹੇਠ ਜ਼ਮੀਨ ਨਿਕਲ ਗਈ, ਬੜੇ ਤਰਲੇ ਦੇ ਵਾਲੇ ਲਹਿਜੇ ਨਾਲ ਚੌਧਰੀ ਨੇ ਆਖਿਆ, ਸਰਕਾਰ ਅੱਜ ਤੱਕ ਸਰਕਾਰ ਦੀ ਸੇਵਾ ਕਰਦਿਆਂ ਆ ਮੂੰਹ ਖੋਲ ਕੇ ਕਦੇ ਸਰਕਾਰ ਕੋਲੋਂ ਮੰਗਿਆ ਕੁਝ ਨਹੀਂ, ਜ਼ਿੰਦਗੀ ਦਾ ਪਹਿਲਾ ਦਿਨ ਮੈਂ ਤੁਹਾਡੇ ਕੋਲੋਂ ਕੁਝ ਮੰਗਣ ਲੱਗਾ ਹੈ, ਆਸ ਰੱਖਦਾ ਹੈ ਮੇਰੀ ਇਹ ਮੰਗ ਪੂਰੀ ਕਰ ਦਿਓ। ਜੇ ਤੇ ਫੌਜਦਾਰ ਸਾਹਿਬ ਸਰਦਾਰ ਮਹਿਤਾਬ ਸਿੰਘ ਪਿੰਡ ਵਿੱਚ ਹੁੰਦਾ, ਮੈਂ ਫੌਜ ਦੇ ਪੱਖ ਵਿੱਚ ਹੁੰਦਾ। ਕਿਉਂ? ਸਰਦਾਰ ਮਹਿਤਾਬ ਸਿੰਘ ਨੇ ਕਾਨੂੰਨ ਹੱਥਾਂ ਵਿੱਚ ਲਿਆ,
मसे का कतल किया है। कानून तो सरकार नजरों में मताब सिंह दोषी है, बच्चा नहीं, बच्चा तो अजे दुध चुंग दियां सुचियां दंदियां है, पता ही नहीं उस बच्चे नूं सजा की हुंदी ते गुनाह की हुंदा है। मैं सरकार बच्चा ते लिया के देने लई तैयार हां, पर उस बच्चे की जिंदगी की खैर मेरी इस झोली च पा दोगे ना, बच्चा कतल तो नहीं करोगे। सुनदिया सारा अग लग गई फौजदार नूं, बड़े रोह विच आके आख्या, ओए नथिया मैनू लगता तेरा दिमाग हिलगया है, होवे सरकार दा बागी चौधरी मसे दा कातल है ते सरकार दे फौजदार कोलों उहदे पुत उत्ते रहम चाहुणा नहीं होवेगा, ल्यायो बच्चा मेरे हवाले कर, मैं कतल करांगा, उहदे शरीर दीआं बोटियां करके पिंड दे रुखां ते टंग देंगा, आसमान विच उड़दीआं होईआं इल्लां ते कां जदों बोटियां चुंझां विच लैके उड़नगे इलाके दे बाकी लोगों नूं पता लग जाएगा सरकार दे विरुद्ध हाथ लाइए ते सजा की मिलदी। तू नहीं जाएगा, मैं सिपाही भेजांगा, बच्चा मंगा लवांगा, बच्चा ते कतल करांगा ही करांगा नथिया, पर तेरा परिवार भी कोल्हू विच पा के पीड़ के मार देंगा, याद रख जां सरकार वालों चौधर सांभी जाएगी जां उस सरकार दे बागी मताब सिंह नाल यारी निभाई जाएगी। हुण चौधरी नत्था उठिया सत्थ विचों, सरदार मताब सिंह दे घर वल नूं तुरिया, नाले तुरिया जांदा ते नाले सोचदा जांदा, नत्था तेरे वीर पगवट भरा सरदार मताब सिंह ने घरों तुरन गया, इस बच्चे की बांह तेरे हथ विच दे के आख्या सी, वीर नत्था मेरे ते समां इदां दा बन गया मैं घर विच रह के बच्चे का पालन पोषण नहीं कर सकता, पर यह बच्चा मेरा ही ना समझी, यह बच्चा मेरी कौम की अमानत है, इनू साम के रखी, इनू पाल के वड्डा कर दई, जदों जवान होवेगा शायद किसे कौम दे काम आ जाए, ते तू उस बच्चे दी बांह अपने हाथ विच लैके अपने पगवट भरा सरदार मताब सिंह नाल वादा करके आख्या सी, वीर मताब सिंह जिन्ना चिर तक नथे दे शरीर अंदर लहू ते हवा दा सर्कल चलदा रहेगा उन्ना चिर तक तेरे पुत दी कोई वावल नहीं वेखेगा, जे कोई जुल्मी तलवार बच्चे नूं कतल कर लई म्यानों बाहर आवे मैं बाहवां दी ढाल बना के इस बच्चे दी राखी कर देंगा। वो कीता होया वादा नभाउण दा समां आ गया लगे ठीक, ते दाने लोग आख्या करदे ने वेले सुखां दे सारी दुनिया नेड़े टुक टुक बहिंदी, परखे जान सज्जन उस वेले जदों बाजी पुठी पैंदी, ओ परख होवे उदों यारां दी जदों मार पवे तलवारां दी। नथिया हुण समां परखदा आया लगदा, इदां दीआं सोचां सोचदा होया सत्कारयोग साध संगत चौधरी नथा सरदार मताब सिंह दे घर दे दरवाजे अगे पहुंच गया, बंद दरवाजे दा कुंडा खड़किया, सरदार मताब सिंह दी धर्म सपत्नी मूंह ते पल्ला करके पर्दा करके दरवाजा खोलिया, सामने चौधरी नथे नूं तकिया, सवाल कीता, भाइया जी सरकार दी फौज ने अज पिंड कादे लई घेरिया है? अजे चौधरी नथा सरदार नहीं दे सवाल दा जवाब दिंदा, वेले विच साढ़े छे साल दा बच्चा बालक राज सिंह खेड रहा सी, खेड़दे हुए बच्चे ने जदों चौधरी नथे नूं अपने घर दे दरवाजे विच लंघदा वेख्या खेड विच छड के दौड़ आया, नाले दौड़दा आउंदा ते नाले कहिंदा आउंदा, ओए मेरा ताया अज मैनू मिलन आया, इदां कहिंदे हुए बच्चे ने आके सरदार मताब सिंह दीआं लत्तां नूं गलवकड़ी पा लई, चंबड़ गया। चौधरी नथे ने उस बच्चे नूं उपर चुकिया, घुट के छाती नाल आया, ऐं महसूस होया जिवें पगवट भरा दा पुत नहीं, चौधरी नथे दे अपने दिल दा टुकड़ा उहदे छाती नाल लगा होए, फिर उहदीआं बाहवां थल्ले दे के हथ है ते चुक के अपनियां नजरां दे सामने कीता, नजरां दे सामने उहदे मत्थे दी जोत सत्कारयोग साध संगत इन्नी तेज सी चंद्रमा दी जोत नूं मात पाया करदी सी, बच्चा रब ने इन्ना सोहणा बनाया सी, इक वार चेहरे ते नजर पै जाए ते दिल नहीं सी करदा चेहरे तों नजर पासे हो जाए। चौधरी नथा बच्चे वाले तकदा है ते बच्चे दी नजर जदों उहदे अपने ताए नाल मिली, बच्चे ने सवाल करके आख्या, ताया जी जदों पिता जी घर होया करदे सी तुसीं रोज ही आ जाया करदे सी, हुण ना कदे पिता जी घर आउंदे ने ना कदे तुसीं मिलन आए हो। यह सुनदिया सार चौधरी नथे दे नेत्रां विचों त्रिप त्रिप करके हंझू वहन लग पए, दिल विचों हौके निकल लग पए, ते सत्कारयोग साध संगत सोचदा, वो नथिया अज तेरे ते बच्चा सवाल करदा मिलन क्यों नहीं आए, तेरे कोल बच्चे दे सवाल दा जवाब कोई नहीं,
ਕੱਲ ਨੂੰ ਤੇਰਾ ਪੱਗ ਵੱਟ ਭਰਾ ਮਿਲ ਪਏ ਉਹ ਸਵਾਲ ਕਰਕੇ ਪੁੱਛੇ ਨਥਿਆ ਉਹ ਮੇਰੇ ਜਿਗਰ ਦਾ ਟੁਕੜਾ ਤੇ ਮੇਰੀ ਕੌਮ ਦੀ ਅਮਾਨਤ ਪਾਲ ਕੇ ਕਿੱਡਾ ਕੁ ਜਵਾਨ ਕੀਤਾ ਕੀ ਦੱਸੇਗਾ ਕਾਤਲ ਦੇ ਹੱਥ ਕਤਲ ਕਰਨ ਵਾਸਤੇ ਆਪਣੇ ਹੱਥੀਂ ਦੇ ਦਿੱਤਾ ਚੌਧਰੀ ਨੱਥਾ ਭਰੇ ਹੋਏ ਨੇਤਰਾਂ ਦੇ ਨਾਲ ਉਸ ਬੱਚੇ ਵੱਲੇ ਤੱਕਦਾ ਹੈ ਦਿਲ ਵਿੱਚ ਹੌਕੇ ਨੇ ਦਿਮਾਗ ਅੰਦਰ ਸੋਚਾਂ ਤੇ ਵਿਚਾਰਾਂ ਦਾ ਘੋਲ ਘੁਲਦਾ ਇਸ ਬੱਚੇ ਨੂੰ ਬਚਾਉਣ ਵਾਸਤੇ ਕੁਝ ਕਰਨਾ ਚਾਹੀਦਾ ਜਾਂ ਬੱਚਾ ਕਾਤਲ ਦੇ ਹੱਥ ਵਿੱਚ ਦੇ ਦੇਣਾ ਚਾਹੀਦਾ ਚੌਧਰੀ ਨੱਥਾ ਕੀ ਸੋਚਦਾ ਉਸ ਵਕਤ ਦਾ ਨਕਸ਼ਾ ਆਪ ਜੀ ਦੀ ਸੇਵਾ ਵਿੱਚ ਸਰੰਗੀ ਮਾਸਟਰ ਗਿਆਨੀ ਸੂਬਾ ਸਿੰਘ ਜੀ ਸ਼ਾਂਤ ਹੈ ਢਾਡੀ ਹੀਰਾ ਸਿੰਘ ਜੀ ਦਰਗਾਹਪੁਰ ਹੈ ਢਾਡੀ ਗੁਰਚਰਨ ਸਿੰਘ ਜੀ ਚੰਨ ਹਰਪਾਲ ਸਿੰਘ ਟੰਡ ਦਾ ਢਾਡੀ ਜਥਾ ਹੇ ਆਇਓ ਸਿਰ ਵੇਚ ਕੇ ਪੂਰਾ ਸਵਾਲ ਕਰੀਏ ਖਾਲੀ ਕਿਸੇ ਸਵਾਲੀ ਨੂੰ ਮੋੜੀਏ ਨਾ ਪੱਥਰ ਆਪ ਜਹਾਨ ਦੇ ਚੱਲ ਲਈਏ ਸ਼ੀਸ਼ਾ ਦਿਲ ਕਿਸੇ ਦਾ ਤੋੜੀਏ ਨਾ ਐਵੇਂ ਡੁੱਬ ਕੇ ਮਨ ਦੀ ਮੌਤ ਅੰਦਰ ਬੇੜੀ ਕਿਸੇ ਅਨਤਾਰੂ ਦੀ ਬੋੜੀਏ ਨਾ ਹੱਥੀਂ ਆਪਣੀ ਸਭ ਕੁਝ ਵਾਰ ਦਈਏ ਜਿਹੜੇ ਦਰਖਤ ਦਾ ਫਲ ਖਾਈਏ ਸੁੱਕ ਜਾਏ ਤਾਂ ਉਸ ਨੂੰ ਪੱਟੀਏ ਨਾ ਜਿਹਨੂੰ ਯਾਰ ਕਹੀਏ ਉਹਦੇ ਨਾਲ ਰਹੀਏ ਦੁੱਖ ਪਵੇ ਤਾਂ ਪਿੱਛੇ ਹੱਟੀਏ ਨਾ ਜੇਕਰ ਬੰਡ ਪਰੇਮ ਦੀ ਚੱਕ ਲਈਏ ਭਾਰ ਲੱਗਾ ਤਾਂ ਉਸ ਨੂੰ ਸੱਦੀਏ ਨਾ ਜੇਕਰ ਯਾਰ ਦੇ ਨਾ ਤੇ ਮਿਲੇ ਫਾਂਸੀ ਝੂਠਾ ਝੂਠ ਲਈਏ ਪਿੱਛੇ ਹੱਟੀਏ ਨਾ ਝੂਠਾ ਝੂਠ ਲਈਏ ਪਿੱਛੇ ਹੱਟੀਏ ਨਾ
ਬੀਬੀ ਵੇਖ ਕੇ ਚੰਦ ਜਾਵੇ ਸ਼ਰਮਾ ਉਦੋਂ ਨੱਥਾਂ ਹੰਝੂ ਕੇ ਹਰਦਾ ਮੈਂ ਗੁਰੂ ਨਾਨਕ ਦਰ ਜਾ
मैं गुरु नानक दारी जा बेदर्द नूं दर्द दी दर्द की है दर्द जान दी जान दा बकरा है कटन वालड़ी जान दी करद की है भला कसाई दे हाथ विच नहीं छुरी ते कोई सवाल करके पुछे जिहड़ा बकरा तू कतल कीता है इहनूं पीड़ किन्नी कोई है छुरी जवाब देवे कि मैं कदे पीड़ नापण वाला पैमाना अपने कोल नहीं रखिया करदी कसाई दे हाथ आई उहने चलाया मैं चल गई ते बकरा वढ़िया गया जे बकरे नूं पीड़ किन्नी होई वेखणे आ ते जाके वेख जिथे बकरा दो हिस्सों विच वंडिया होया विचारा तड़फदा ते मैं करदा पता लग जाएगा अंदाजा लग जाएगा यार होवे ते इदां दा दोस्त होवे ते इदां दा बहुते लोग दोस्तियां लाउंदे ने दोस्तियां नभाउंदे नहीं कोई बिरला हुंदा है जिहड़ा दोस्त दी पग नूं अपनी पग समझे भैण नूं भैण समझे इज्जत नूं इज्जत समझे बहुते ते पग वटा के यारां दीआं पग्गां नूं दाग लाउण वास्ते मिलदे ने साथ संगत है दो सत जे अखरां विच गिणीए ते तीन अखर लगदे ने ते इक लग मात्र लगदी है दद्दा होड़ा ससा ते तत्ता शब्द बणदा है दोस्त अंकां विच गिणीए ते फिर दो अंक लगते ने दो सत दो सत सत्कार योग साध संगत का अर्थ है दोवां पासियां तो सच निभदा होवे सच जे दोवां पासियां तो सच निभदा होवे ना फिर दोस्ती कदे टुटदी नहीं ते दोस्ती नूं निभाउण वास्ते किन्नी वड्डी कुरबानी करनी पै जावे दोस्त करन तो कदे पिछे नहीं हटदा दो सत दा जोड़ बणदा नौ दो जमा सत जोड़ का अर्थ होगा नौ नौ एडा कीमती अंक है कि नौ ते आके सारी गिणती मुक जाया कर दी तुसी आखोगे किवें हो सकदा है नौ ते गिणती मुक जाए अरबां खरबां नील असंख पदमा तक जाती है ते नौ ते किवें मुक गई तुहाडे सारयां दे जेब च मोबाइल होना है मोबाइल कढ के किते वेख लियो एक तो लैके नौ अंक ही लिखे ने उस तो उपर कुछ नहीं लिखा एक नाल जीरो लगी नौ ते गिणती मुक जांदी है जे अगे वधना होवे एक नूं दुबारा शुरू किया जांदा है ते जीरो की मदद लैके फिर एक दो गिणना शुरू कर दिता जांदा है फिर गिणती अगे वधाई जांदी असल विच गिणती दे अखर अंक नौ ही ने जदों दो ते सत दा जोड़ जिहड़ा है ਉਹ ਇੰਨਾ ਪੱਕਾ ਹੈ ਸਾਧ ਸੰਗਤ ਉਹ ਟੁੱਟਦਾ ਹੀ ਨਹੀਂ ਦੋਸਤੀ ਦਾ ਜੋੜ ਹੈ ਦੋਸਤੀ ਦਾ ਰਿਜ਼ਲਟ ਹੈ ਦੋਸਤੀ ਦਾ ਨਤੀਜਾ ਜੇ ਦੋਵਾਂ ਪਾਸਿਆਂ ਤੋਂ ਸੱਚ ਨੇ ਵਧਾਵੇ ਤੇ ਦੋਸਤੀ ਕਦੇ ਨਹੀਂ ਟੁੱਟਦੀ ਦੋਸਤੀ ਕਦੇ ਕਲੰਕਤ ਵੀ ਨਹੀਂ ਹੁੰਦੀ ਦੋਸਤੀ ਦੀਆਂ ਲੋਕ ਸਟੇਜਾਂ ਉੱਤੇ ਵਾਰਾਂ ਗਾਇਆ ਤੇ ਸੁਣਿਆ ਕਰਦੇ ਨੇ ਜੇ ਦੋਸਤੀ ਦੋਵਾਂ ਪਾਸਿਆਂ ਤੋਂ ਸੱਚ ਨਿਭਦੀ ਹੋਵੇ ਹੁਣ ਦੋ ਤੇ ਸੱਤ ਦੇ ਜੋੜ ਵਿੱਚੋਂ ਆਨਸਰ ਨੌ ਆਇਆ ਨਾ ਤੇ ਨੌ ਐਡਾ ਪੱਕਾ ਅੰਕ ਹੈ नौ दा भाड़ा पढ़ी जाओ ते जिहड़ा जोड़ होवेगा ना उन्हां अंकां दा उहदा जोड़ नौ होवेगा पढ़ के वेख लो नौ दूनी अठारह एक जमा अठ जोड़ होवेगा नौ नौ तियां सताई दो जमा सत जोड़ दा होवेगा नौ नौ चौका छत्ती तीन जमा छे नौ नौ पांजे पंजताली चार जमा पांच नौ नौ छीक सरवंजा पांच जमा चार सत्तू नाम त्रेठ छे जमा तीन नौ अठू नाम बहत्तर सत जमा दो नौ नौ ना आया इक्यासी अठ प्लस वन जोड़ होगा नौ नौ का आया नब्बे नौ प्लस जीरो जोड़ होगा नौ जिदा दो ते सत दे अंक विचों पैदा होया नौ अंक नहीं ना कदे टुटदा ਇਦਾਂ ਜੇ ਦੋਸਤੀ ਦੋਵਾਂ ਪਾਸਿਆਂ ਤੋਂ ਨਿਭੇ ਤੇ ਸੰਗਤ ਜੀ ਕਦੇ ਨਹੀਂ ਟੁੱਟਿਆ ਕਰਦੀ।
ਹੁਣ ਚੌਧਰੀ ਨੱਥਾ ਸੋਚਦਾ ਉਹ ਨੱਥਿਆ ਆ ਬੱਚਾ ਅੱਧ ਖਿੜਿਆ ਫੁੱਲ ਉਸ ਕਾਤਲ ਦੇ ਹੱਥ ਵਿੱਚ ਦੇਵੇਗਾ ਤੇ ਕਾਤਲ ਦੀ ਛਾਤੀ ਵਿੱਚ ਦਿਲ ਨਹੀਂ ਹੁੰਦਾ ਪੱਥਰ ਹੁੰਦਾ ਹੈ ਦਿਲ ਕਿਸੇ ਉੱਤੇ ਰਹਿਮ ਕਰਨਾ ਜਾਣਦਾ ਤੇ ਪੱਥਰ ਕਿਸੇ ਨੂੰ ਦੁਖੀ ਦੇਣਾ ਜਾਣਦਾ ਇਹਦੇ ਹਿੱਸੇ ਵਿੱਚ ਰਹਿਮ ਨਹੀਂ ਆਇਆ ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਕਹਿੰਦੇ ਪੱਥਰ ਦਾ ਟੁਕੜਾ ਤੇ ਰਾਹ ਵਿੱਚ ਪਿਆ ਹੋਵੇ ਤੇ ਤੁਰੇ ਜਾਂਦੇ ਰਾਹੀ ਨੂੰ ਵੀ ਦੁੱਖ ਦਿੰਦਾ ਉਹਦਾ ਪੈਰ ਪਾੜ ਦਿੰਦਾ ਕਬੀਰ ਰੋਣਾ ਹੋਵਾ ਤਾਂ ਕਿਆ ਪਾਇਆ ਪੰਖੀ ਕੋ ਦੁੱਖ ਦੇ ਇਸ ਬੱਚੇ ਨੂੰ ਕਤਲ ਤੇ ਕਾਤਲ ਕਰ ਦੇਵੇਗਾ ਪਰ ਨੱਥਿਆ ਬੱਚੇ ਦੀ ਬਾਲ ਹੱਤਿਆ ਦਾ ਦੋਸ਼ ਤੇਰੇ ਸਿਰ ਲੱਗ ਜਾਏਗਾ ਭਾਵੇਂ ਠਾਠਾਂ ਤੀਰਥਾਂ ਤੇ ਧੱਕੇ ਖਾ ਲਈ ਕਦੇ ਦੋਸ਼ ਮੁਕਤ ਨਹੀਂ ਹੋਵੇਗਾ ਜੇ ਆਪਣੇ ਪੱਗਵੱਟ ਭਰਾ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਨ ਲਈ ਵੱਡੀ ਤੋਂ ਵੱਡੀ ਜਿਹੜੀ ਵੀ ਕੁਰਬਾਨੀ ਕਰਨੀ ਪਵੇ ਕਰ ਦਵੇ ਦੁਨੀਆਂ ਦੇ ਲੋਕ ਰਹਿੰਦੀ ਦੁਨੀਆਂ ਤੱਕ ਨਾਂ ਚੇਤੇ ਕਰਨਗੇ ਨਾਲੇ ਨੱਥਿਆ ਗੁਰੂ ਨਾਨਕ ਦੀ ਦਰਗਾਹ ਵਿੱਚ ਸੁਰਖਰੂ ਹੋ ਕੇ ਜਾਏਗਾ ਉੱਥੇ ਜੇ ਚੌਧਰੀ ਉੱਥੇ ਜੇ ਸਰਦਾਰ ਮਹਤਾਬ ਸਿੰਘ ਪੁੱਛ ਵੀ ਲਵੇ ਮਾਣ ਨਾਲ ਦੱਸੇਗਾ ਮੈਂ ਤੇਰੇ ਪੁੱਤ ਦੀ ਖਾਤਰ ਕੁਰਬਾਨੀ ਕਰਕੇ ਆਇਆ ਮੈਂ ਕੌਮ ਦੇ ਹੀਰੇ ਦੀ ਖਾਤਰ ਕੁਰਬਾਨੀ ਕਰਕੇ ਆਇਆ ਮੈਂ ਕੌਮ ਦੀ ਅਮਾਨਤ ਦੀ ਖਾਤਰ ਕੁਰਬਾਨੀ ਕਰਕੇ ਆਇਆ ਚੌਧਰੀ ਨੱਥਾ ਇਹ ਸੋਚ ਕੇ ਬੱਚੇ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ ਇਹਦੇ ਘਰ ਇਹਦਾ ਪੁੱਤ ਮੁਸ਼ਕਿਰਦੀ ਹੈ ਜਵਾਨੀ ਦੀ ਦਲੀਜ ਅੰਦਰ ਅਜੇ ਪੈਰ ਰੱਖਿਆ ਹੈ ਇੰਨੀ ਕੁ ਉਮਰ ਦਾ ਇਹਦਾ ਭਣਦਾ ਹੈ ਦੋ ਨੌਕਰੇ ਦੇ ਘਰ ਵਿੱਚ ਨੇ ਜਦੋਂ ਚੌਧਰੀ ਨੱਥਾ ਇਸ ਬੱਚੇ ਨੂੰ ਮੋਢੇ ਲਾ ਕੇ ਆਪਣੇ ਘਰ ਅੰਦਰ ਦਾਖਲ ਹੋਇਆ ਇਹਦੇ ਪੁੱਤ ਨੇ ਸਵਾਲ ਕਰਕੇ ਪੁੱਛਿਆ ਪਿਤਾ ਜੀ ਤੁਹਾਡਾ ਚਿਹਰਾ ਅੱਜ ਕੁਝ ਉਤਰਿਆ ਹੋਇਆ ਹੈ ਸਰਕਾਰ ਦੇ ਫੌਜਦਾਰ ਨੇ ਤੁਹਾਨੂੰ ਸੱਥ ਵਿੱਚ ਸੱਦਿਆ ਸੀ ਕੋਈ ਮੰਦਾ ਭਲਾ ਬੋਲਿਆ ਚੌਧਰੀ ਨੱਥੇ ਨੇ ਉਸ ਬੱਚੇ ਦਾ ਮੂੰਹ ਪਵਾ ਕੇ ਆਪਣੇ ਪੁੱਤ ਵੱਲੇ ਕਰਕੇ ਆਖਿਆ ਪੁੱਤਰਾ ਇਹਨੂੰ ਜਾਣਦਾ ਪਛਾਣਦਾ ਕੌਣ ਹੈ ਚੌਧਰੀ ਨੱਥੇ ਦੇ ਪੁੱਤ ਨੇ ਆਖਿਆ ਪਿਤਾ ਜੀ ਕਿੱਦਾਂ ਦਾ ਸਵਾਲ ਕਰਦੇ ਹੋ ਕੌਣ ਨਹੀਂ ਜਾਣਦਾ ਇਹ ਤੁਹਾਡੇ ਪੱਗਵੱਟ ਭਰਾ ਤੇ ਮੇਰੇ ਚਾਚੇ ਸਰਦਾਰ ਮਹਤਾਬ ਸਿੰਘ ਦਾ ਪੁੱਤ ਤੇ ਮੇਰਾ ਭਰਾ ਹੈ ਚੌਧਰੀ ਨੱਥੇ ਨੇ ਆਖਿਆ ਸ਼ਾਬਾਸ਼ ਪੁੱਤਰ ਦਾਨੇ ਲੋਕ ਆਖਿਆ ਕਰਦੇ ਨੇ ਜਦੋਂ ਕਿਸੇ ਉੱਤੇ ਬਿਪਤਾ ਪੈ ਜਾਏ ਉਦੋਂ ਆਪਣੀਆਂ ਦੀਆਂ ਨਜ਼ਰਾਂ ਬਦਲ ਜਾਇਆ ਕਰਦੀਆਂ ਪਰ ਤੇਰੀਆਂ ਬਦਲੀਆਂ ਨਹੀਂ ਤੂੰ ਆਪਣੇ ਭਰਾ ਨੂੰ ਪਹਿਚਾਣ ਲਿਆ ਪਰ ਇਹ ਦੱਸ ਇਸ ਬੱਚੇ ਨੂੰ ਕਤਲ ਕਰਨ ਵਾਸਤੇ ਕਾਤਲ ਮੇਰੇ ਕੋਲੋਂ ਮੰਗਦਾ ਮੈਂ ਬੱਚਾ ਉਹਦੇ ਹੱਥ ਦੇ ਦਿਆਂ ਜਾਂ ਇਸ ਬੱਚੇ ਨੂੰ ਬਚਾਉਣ ਲਈ ਕੁਰਬਾਨੀ ਕਰੀਏ ਚੌਧਰੀ ਨੱਥੇ ਦੇ ਪੁੱਤ ਨੇ ਬੜਾ ਕਾਬਲੇ ਕੋਲ ਉੱਤਰ ਦੇ ਕੇ ਆਖਿਆ ਪਿਤਾ ਜੀ ਬੱਚਾ ਜਿਉਂਦਾ ਰਹੇ ਜਾਂ ਸ਼ਹੀਦ ਹੋ ਜਾਏ ਨਾ ਤੁਹਾਡੇ ਵਸ ਦੀ ਬਾਤ ਹੈ ਨਾ ਮੇਰੇ ਵਸ ਦੀ ਬਾਤ ਹੈ ਤੇ ਅਕਾਲ ਪੁਰਖ ਵਾਹਿਗੁਰੂ ਜਾਣਦੇ ਨੇ ਪਰ ਸਾਡੇ ਸਾਹਮਣੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਦਿੱਤਾ ਹੋਇਆ ਉਪਦੇਸ਼ ਹੈ ਉਸ ਉਪਦੇਸ਼ ਉੱਤੇ ਚੱਲਦਿਆਂ ਕੁਰਬਾਨੀ ਕਰ ਦੇਣੀ ਚਾਹੀਦੀ ਹੈ ਉਪਦੇਸ਼ ਕੀ ਹੈ ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜਾ ਬਾਹੇ ਨਾ ਛੋੜੀਏ ਇਹਦੇ ਨੌਕਰਾਂ ਤੇ ਭਾਣਜੇ ਵੀ ਇਹ ਸਲਾਹ ਦਿੱਤੀ ਚੌਧਰੀ ਨੱਥੇ ਨੇ ਬੱਚੇ ਨੂੰ ਤਾਰਿਆ ਵਿਹੜੇ ਵਿੱਚ ਅੰਦਰ ਗਿਆ ਕਿੱਲੀ ਨਾਲ ਟੰਗੀ ਹੋਈ ਕਿਰਪਾਨ ਕਿੱਲੀ ਨਾਲੋਂ ਲਾਹ ਕੇ ਗਾਤਰੇ ਪਾਈ ਤੀਰਾਂ ਦਾ ਪੱਥਾ ਭਰਿਆ ਮੋਢੇ ਪਾਇਆ ਕਮਾਨ ਪਾਈ ਮੋਢੇ ਉੱਥੇ ਚੌਧਰੀ ਨੱਥੇ ਕੋਲ ਤਲਵਾਰ ਵੀ ਆ ਤੀਰਾਂ ਦਾ ਪੱਥਾ ਤੇ ਤੀਰ ਕਮਾਨ ਵੀ ਆ ਦੂਜਿਆਂ ਕੋਲ ਡਾਂਗਾ ਸੋਟੇ ਲੈ ਕੇ ਤੁਰ ਪਏ ਅਜੇ ਪਿੰਡੋਂ ਥੋੜ੍ਹਾ ਦੂਰ ਗਏ ਸੀ ਕੁਝ ਸਮਾਂ ਉਡੀਕਣ ਤੋਂ ਬਾਅਦ ਫੌਜਦਾਰ ਨੇ ਹਰ ਭਗਤ ਨਿਰੰਜਣੀ ਜੰਡਿਆਲੀ ਚੌਧਰੀ ਨੂੰ ਘੱਲਿਆ ਜਾ ਵੇਖ ਚੌਧਰੀ ਨੱਥਾ ਵਾਪਸ ਕਿਉਂ ਨਹੀਂ ਆਇਆ ਇਹ ਗਿਆ ਚੌਧਰੀ ਨੱਥੇ ਦੇ ਘਰ ਘਰ ਖਾਲੀ ਤੱਕਿਆ ਬੜੇ ਕਾਲੇ ਕਦਮਾਂ ਨਾਲ ਵਾਪਸ ਆਇਆ ਇਹਨੇ ਸੱਥ ਵਿੱਚ ਆ ਕੇ ਆਖਿਆ ਫੌਜਦਾਰ ਸਾਹਿਬ ਉਹੀ ਗੱਲ ਹੋਈ ਜਿਹਦਾ ਡਰ ਸੀ ਚੌਧਰੀ ਨੱਥਾ ਸਰਕਾਰ ਦਾ ਕਦੋਂ ਡਰ ਮੰਨਦਾ ਉਹ ਆਪਣੇ ਪੱਗਵੱਟ ਭਰਾ ਨਾਲ ਵੱਟੀ ਹੋਈ ਪੱਗ ਨੂੰ ਨਿਭਾਉਂਦਿਆਂ ਤੇ ਯਾਰੀ ਨੂੰ ਪੱਕਾ ਕਰਦੇ ਹੋਇਆ ਉਹ ਬੱਚੇ ਨੂੰ ਲੈ ਕੇ ਪਿੰਡੋਂ ਨਿਕਲ ਗਏ ਹੱਥਾਂ ਪੈਰਾਂ ਦੀ ਪੈ ਗਈ ਫੌਜਦਾਰ ਨੂੰ ਜਾ ਕੇ ਲਾਹੌਰ ਜਵਾਬ ਕੀ ਦਿਆਂਗਾ ਘੇਰੇ ਵਿੱਚੋਂ ਲੈ ਕੇ ਬੱਚਾ ਚੌਧਰੀ ਨੱਥਾ ਨੱਸ ਗਿਆ ਛੇਤੀ ਕਰੋ ਉਹਨਾਂ ਦਾ ਪਿੱਛਾ ਕੀਤਾ ਜਾਏ ਚੌਧਰੀ ਨੱਥਾ ਜੇ ਪਿੰਡੋਂ ਥੋੜ੍ਹਾ ਹੀ ਦੂਰ ਗਿਆ ਸੀ ਪਿੱਛੋਂ ਆਵਾਜ਼ਾਂ ਆਉਣ ਲੱਗ ਪਈਆਂ ਫੜ ਲਓ ਮਾਰ ਲਓ ਅਜੇ ਬਹੁਤੀ ਦੂਰ ਨਹੀਂ ਗਏ ਹੋਣੇ ਚੌਧਰੀ ਨੱਥਾ ਸਮਝ ਗਿਆ ਫੌਜ ਆ ਗਈ ਪਿੰਡੋਂ ਬਾਹਰ ਵਾਰੇ ਕੁੱਚੀਆਂ ਵੱਟਾਂ ਨੇ ਵੱਟਾਂ ਉੱਤੇ ਮਲੇ ਨੇ ਮੱਟ ਦਾ ਅਤੇ ਮਲਿਆਂ ਦਾ ਆਸਰਾ ਲੈ ਕੇ ਚੌਧਰੀ ਨੱਥਾ ਮੋਰਚਾ ਮੱਲ ਕੇ ਬਹਿ ਗਿਆ ਉਹਦੇ ਇੱਕ ਪਾਸੇ ਉਹਦਾ ਨੌਕਰ ਦੋਵੇਂ ਨੌਕਰ ਬਹਿ ਗਏ ਦੂਜੇ ਪਾਸੇ ਪੁੱਤ ਅਤੇ ਭਾਣਜਾ ਬਹਿ ਗਏ ਬਿਲਕੁਲ ਗੋਡਿਆਂ ਨਾਲ ਲੱਗ ਕੇ ਚੌਧਰੀ ਨੱਥੇ ਦੇ ਨਾਲ ਬਾਲਕ ਰਾਏ ਸਿੰਘ ਬਹਿ ਗਏ ਫੌਜਦਾਰ ਨੇ ਪਹਿਲਾਂ ਮੰਡਿਆਲੀਏ ਰੰਗੜ ਅਤੇ ਜੰਡਿਆਲੀਏ ਰਾਜਪੂਤਾਂ ਨੂੰ ਅੱਗੇ ਕੀਤਾ
ਤੇ ਚੌਧਰੀ ਨੇ ਉੱਥੇ ਕੱਲੇ ਕੋਲ ਤੀਰ ਕਮਾਨ ਤੇ ਤੀਰਾਂ ਦਾ ਪਤਾ ਹੈ, ਉਹ ਵੀ ਜਾਣਦਾ ਸੀ। ਹੁਣ ਸ਼ਹੀਦ ਹੋਣ ਦਾ ਸਮਾਂ ਤੇ ਆ ਗਿਆ ਹੈ, ਪਰ ਸ਼ਹੀਦ ਹੋਣ ਤੋਂ ਪਹਿਲਾਂ ਜਿੰਨੇ ਕੌਮ ਦੇ ਦੁਸ਼ਮਣਾਂ ਨੂੰ ਖਤਮ ਕਰ ਲਿਆ ਜਾਏ ਉਹਨਾਂ ਚੰਗਾ ਹੋਵੇਗਾ। ਚੌਧਰੀ ਨੱਥਾ ਖਿੱਚ ਖਿੱਚ ਕੇ ਕਮਾਨ ਤੀਰ ਚਲਾਉਂਦਾ ਹੈ, ਉਹਦੀ ਕਮਾਨ ਵਿੱਚੋਂ ਨਿਕਲਿਆ ਹੋਇਆ ਇੱਕ ਇੱਕ ਤੀਰ ਕਈਆਂ ਦੀਆਂ ਛਾਤੀਆਂ ਪੜ ਕੇ ਲੰਘਦਾ ਹੈ। ਉਹਦੇ ਤੀਰਾਂ ਦੀ ਮਾਰ ਨੂੰ ਨਾ ਸਾਰਦੇ ਹੋਏ ਪਿੱਛੇ ਹਟ ਗਏ, ਜਾ ਕੇ ਫੌਜਦਾਰ ਕੋਲ ਰੋਂਦਿਆਂ ਹੋਏ ਆਖਿਆ, ਉਹ ਇੱਕ ਚੌਧਰੀ ਹਰਿਮੰਦਰ ਸਾਹਿਬ ਅੰਦਰ ਮਾਰਿਆ ਗਿਆ ਤੇ ਸਾਨੂੰ ਮਰਵਾਉਣ ਵਾਸਤੇ ਚੌਧਰੀ ਨੱਥੇ ਦੇ ਤੀਰਾਂ ਦੇ ਸਾਹਮਣੇ ਕਰ ਦਿੱਤਾ ਹੈ, ਆ ਸਰਕਾਰ ਦੀ ਫੌਜ ਕਾਹਦੇ ਵਾਸਤੇ ਲੈ ਕੇ ਆਇਓ। ਫੌਜਦਾਰ ਨੇ ਆਖਿਆ, ਉਹ ਤੁਹਾਡੇ ਕੋਲੋਂ ਸਿੱਧੇ ਸਾਧੇ ਜੱਟ ਕਾਬੂ ਨਹੀਂ ਆਉਂਦਾ, ਜੇ ਕਿਤੇ ਸਰਦਾਰ ਮਹਿਤਾਬ ਸਿੰਘ ਸਰਕਾਰ ਦਾ ਬਾਗੀ ਮਿਲਦਾ ਤੇ ਤੁਹਾਡਾ ਫੇਰ ਕੀ ਹਾਲ ਹੁੰਦਾ। ਇੱਕੇ ਵਾਰ ਸਾਰੀ ਫੌਜ ਨੂੰ ਫੌਜਦਾਰ ਨੇ ਚੌਧਰੀ ਨੱਥੇ ਤੇ ਉਹਦੇ ਸਾਥੀਆਂ ਉੱਤੇ ਹਮਲਾਵਰ ਹੋਣ ਦਾ ਹੁਕਮ ਦਿੱਤਾ। ਚੌਧਰੀ ਨੱਥਾ ਮੱਟੀ ਹੋਈ ਪੱਗ ਦੀ ਲਾਜ ਨੂੰ ਨਿਭਾਉਂਦਾ ਹੋਇਆ ਮਰਦਾਂ ਵਾਂਗ ਆਪਣੇ ਸਾਥੀਆਂ ਸਮੇਤ ਇਸ ਬੱਚੇ ਦੀ ਰਾਖੀ ਕਰਦਿਆਂ ਹੋਇਆ ਮੈਦਾਨੇ ਜੰਗ ਅੰਦਰ ਲੜ ਕੇ ਜਿਵੇਂ ਸ਼ਹੀਦ ਹੋਇਆ, ਉਸ ਵਕਤ ਦਾ ਨਕਸ਼ਾ ਢੰਡ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੇ ਦੀ ਕਮਾਨ ਚੋਂ
ਬਿਹਾਰੀ ਦੀ ਕਮਾਨ ਚੋਂ ਸੁੱਕੇ ਹੋਣ ਸੀਨਿਆਂ ਚੋਂ ਪਾਰੇ ਕਰ ਸਕੇ ਨਾ ਹੋ ਸੁਰਜੀਤ ਨਾਲ ਸਜੀਵਣੀ ਜਿਹੜੇ ਦੰਗੇ ਉਹਦੇ ਨਾਗਾ ਇੱਕ ਵਾਰ ਹੌਸਲਾ ਨਾ ਹਾਰਿਆ ਦਲੇਰ ਨੇ ਐਪਰ ਹੌਸਲਾ ਨਾ ਹਾਰਿਆ ਦਲੇਰ ਨੇ ਤੂੰ ਦੇਖ ਕੇ ਸੱਤ ਕਰਤਾਰ ਫਿਰ ਹੱਥੋ ਹੱਥ ਟਾਣੀਆਂ ਜੁੱਟੀਆਂ ਫਿਰ ਹੱਥੋ ਹੱਥ ਟਾਣੀਆਂ ਜੁੱਟੀਆਂ ਖੱਤ ਸੀਨਿਆਂ ਜੋ ਹਮ ਸਮੇਂ ਵਾਰ ਮੈਦਾਨੇ ਜੰਗ ਅੰਦਰ ਲੜਦਾ ਹੋਇਆ ਚੌਧਰੀ ਨੱਥਾ ਸ਼ਹੀਦ ਹੋ ਕੇ ਜ਼ਮੀਨ ਉੱਤੇ ਡਿੱਗ ਪਿਆ। ਜਿੰਨਾ ਚਿਰ ਤੱਕ ਚੌਧਰੀ ਨੱਥਾ ਜਿਉਂਦਾ ਰਿਹਾ ਤੇ ਲੜਦਾ ਰਿਹਾ, ਬਾਲਕ ਰਾਜ ਸਿੰਘ ਭੱਜ ਭੱਜ ਉਹਦੀਆਂ ਲੱਤਾਂ ਨੂੰ ਫੜਦਾ ਰਿਹਾ। ਜਦੋਂ ਚੌਧਰੀ ਨੱਥਾ ਸ਼ਹੀਦ ਹੋ ਕੇ ਜ਼ਮੀਨ ਉੱਤੇ ਡਿੱਗਾ ਤੇ ਬਾਲਕ ਰਾਜ ਸਿੰਘ ਵੀ ਉਹਦੇ ਸਰੀਰ ਉੱਤੇ ਡਿੱਗ ਪਿਆ। ਭਾਣਜਾ ਕਿਸੇ ਤਰ੍ਹਾਂ ਘੇਰੇ ਚੋਂ ਨਿਕਲ ਕੇ ਚਲਾ ਗਿਆ, ਪੁੱਤ ਵੀ ਸ਼ਹੀਦ ਹੋ ਗਿਆ, ਦੋਵੇਂ ਨੌਕਰ ਵੀ ਸ਼ਹੀਦ ਹੋ ਗਏ। ਇਹਨਾਂ ਸ਼ਹੀਦ ਹੋਏ ਸੂਰਮਿਆਂ ਨੂੰ ਵੇਖ ਕੇ ਫੌਜ ਅੱਗੇ ਵਧੀ। ਫੌਜ ਨੂੰ ਅੱਗੇ ਵਧਦਿਆਂ ਵੇਖ ਕੇ ਬੱਚਾ 6.5 ਸਾਲ ਦਾ ਕੀ ਹੁੰਦਾ, ਡਰਦੇ ਜਾਂਦਾ ਹੀ ਆ ਨਾ। ਬੱਚਾ ਜਾਨ ਬਚਾਉਣ ਵਾਸਤੇ ਡਰਦਾ ਹੋਇਆ ਭੱਜਣ ਲੱਗਾ। ਇੱਕ ਬੇਕਿਰਕ ਤੇ ਬੇਦਰਦ ਸਿਪਾਹੀ ਨੇ ਪਿੱਛੋਂ ਮਿਲ ਕੇ 3 ਵਾਰ ਤਲਵਾਰ ਦੇ ਉਸ ਬੱਚੇ ਉੱਤੇ ਕੀਤੇ। ਇੱਕ ਗਿੱਚੀ ਵਿੱਚ, ਇੱਕ ਸਿਰ ਦੇ ਪਿਛਲੇ ਪਾਸੇ ਲੱਗਾ, ਇੱਕ ਗਿੱਚੀ ਵਿੱਚ ਲੱਗਾ ਤੇ ਇੱਕ ਪਿੱਠ ਵਿੱਚ ਲੱਗਾ। ਬੱਚਾ ਡਿੱਗ ਪਿਆ। ਡਿੱਗੇ ਹੋਏ ਬੱਚੇ ਨੂੰ ਸ਼ਹੀਦ ਹੋਇਆ ਜਾਣ ਕੇ ਫੌਜ ਛੱਡ ਕੇ ਵਾਪਸ ਤੁਰ ਗਈ। ਰੜਾਲੇ ਪਿੰਡ ਦੀ ਇੱਕ ਮਾਈ ਜਿਹਨੇ ਸੁਣਿਆ, ਅੱਜ ਚੌਧਰੀ ਨੱਥਾ ਆਪਣੇ ਪੱਗਵੱਟ ਭਰਾ ਦੇ ਪੁੱਤ ਨੂੰ ਬਚਾਉਣ ਲਈ ਆਪਣਾ ਪੁੱਤ ਕੁਰਬਾਨ ਕਰ ਗਿਆ, ਨੌਕਰ ਕੁਰਬਾਨ ਕਰ ਗਿਆ, ਆਪ ਕੁਰਬਾਨ ਹੋ ਗਿਆ। ਮਨੁੱਖੀ ਸੁਭਾਅ ਦੀ ਫਿਤਰਤਾ, ਜਦੋਂ ਕਿਤੇ ਥਾਂ ਕੋਈ ਘਟਨਾ ਵਾਪਰਦੀ ਦਿਲ ਕਰਦਾ ਜਾ ਕੇ ਵੇਖੀਏ ਕੀ ਹੋਇਆ। ਮਾਈ ਵੇਖਣ ਆਈ,
सैकड़े लोथां दुश्मनां दीआं पईआं होईआं ऐ जिहदे विच चौधरी नत्था शहीद हो के शरीर डिग गए, नौकरां दे शरीर पए ने, पुत दा शरीर पिआ ते थोड़ी दूर एक बच्चा सहकदा है, उस बच्चे नूं चुक के माई रडाले पिंड लै गई। साध संगत घर ले जा के वक्त दा वैद सद के जिस तरह की सूई नाल अज मोची जुत्ती नूं टांका लाउंदा है ना, ਇੱਦਾਂ ਦੀ ਸੂਈ ਨਾਲ ਬੱਚੇ ਦੇ ਫੱਟ ਬੱਧੇ ਗਏ, ਫੱਟ ਸੀਤੇ ਗਏ। ਅੱਜ ਵਰਗੀਆਂ ਮੈਡੀਕਲ ਸਹੂਲਤਾਂ ਉਦੋਂ ਨਹੀਂ ਸਨ। ਸਮਾਂ ਪਾ ਕੇ ਜਿਸ ਕਾ ਸਾਹਿਬ ਡਾਢਾ ਹੋਏ ਤੇ ਉਸ ਨੂੰ ਮਾਰ ਨਾ ਸਕੇ ਕੋਈ, ਪ੍ਰਭ ਭਾਵੇ ਬਿਨ ਸਾਸ ਤੇ ਰਾਖੇ। ਬੱਚਾ ਨੌ ਬਰਨ ਹੋਇਆ ਬਚ ਗਿਆ, ਨੌ ਬਰਨਾਉ ਹੋਇਆ ਬਚ ਗਿਆ, ਵੱਡਾ ਹੋਇਆ ਸਰਦਾਰ ਰਾਜ ਸਿੰਘ ਖਵਾਇਆ। ਸਰਦਾਰ ਸ਼ਾਮ ਸਿੰਘ ਨਾਰਲੇ ਵਾਲੇ ਦੀ ਸਪੁੱਤਰੀ ਨਾਲ ਇਹਦੀ ਸ਼ਾਦੀ ਹੋਈ। ਪੰਥ ਦੀ ਹਰ ਮਹੀਨੇ ਵਿੱਚ ਇਹਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਹਦੇ ਘਰ ਇੱਕ ਮਹਾਨ ਤੇ ਵਿਦਵਾਨ ਪੁੱਤ ਪੈਦਾ ਹੋਇਆ, ਗਿਆਨੀ ਰਤਨ ਸਿੰਘ ਜੀ ਭੰਗੂ, ਜਿਨ੍ਹਾਂ ਨੇ ਸਾਡੀ ਕੌਮ ਦਾ ਬਹੁਤ ਵੱਡਮੁੱਲਾ ਇਤਿਹਾਸ ਪ੍ਰਾਚੀਨ ਪੰਥ ਪ੍ਰਕਾਸ਼ ਦੇ ਰੂਪ ਵਿੱਚ ਲਿਖ ਕੇ ਕੌਮ ਦੀ ਝੋਲੀ ਵਿੱਚ ਪਾ ਦਿੱਤਾ। ਸ਼ਾਇਦ ਜੇ ਚੌਧਰੀ ਨੱਥਾ ਇਹ ਪਰ ਪੁਕਾਰ ਨਾ ਕਰਦਾ, ਕੁਰਬਾਨੀ ਨਾ ਕਰਦਾ, ਅਸੀਂ ਇਸ ਤਰ੍ਹਾਂ ਦੇ ਅੱਜ ਇਤਿਹਾਸਕ ਗ੍ਰੰਥ ਤੋਂ ਹੀ ਵਾਂਝੇ ਰਹਿ ਜਾਂਦੇ। ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ, ਪ੍ਰਬੰਧਕਾਂ ਵੱਲੋਂ ਇਸ਼ਾਰਾ ਹੋ ਚੁੱਕਾ ਹੈ ਸਮਾਪਤੀ ਦਾ, ਇਸ ਕਰਕੇ ਇਸ ਤੋਂ ਅੱਗੇ ਨਹੀਂ ਜਾਵਾਂਗਾ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਮੰਗਦਾ ਹਾਂ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਦਿਓ ਜੀ, ਅਰਦਾਸ ਕਰਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਸਤਿਗੁਰੂ ਜੀ ਕਿਰਪਾ ਕਰਨ। ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓਏ ਹੋ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ ਵਾਲੀ ਬਖਸ਼ ਸਤਿਗੁਰੂ ਜੀ ਕਰਦੇ ਰਹਿਣ। ਤੁਹਾਡੇ ਵਰਗੇ ਗੁਰਸਿੱਖਾਂ ਦੇ ਦਰਸ਼ਨ ਦਦਾਰ ਸੰਗਤ ਦੇ ਰੂਪ ਵਿੱਚ ਗੁਰੂ ਦੀ ਗੋਦ ਵਿੱਚ ਕਰਦੇ ਰਹੀਏ। ਸਤਿਗੁਰੂ ਜੀ ਦਾ, ਗੁਰੂ ਕੀ ਸਾਰੀ ਸੰਗਤ ਦਾ, ਪ੍ਰਬੰਧਕ ਮੈਨੇਜਮੈਂਟ ਦਾ, ਸਤਿਕਾਰਯੋਗ ਜਥੇਦਾਰ ਗੁਰਦੀਪ ਸਿੰਘ ਜੀ, ਗੁਰਦੇਵ ਸਿੰਘ ਜੀ ਜਿਨ੍ਹਾਂ ਨੇ ਹੁਕਮ ਲਾ ਕੇ ਤੁਹਾਡੇ ਦਰਸ਼ਨ ਕਰਵਾਏ, ਸਮੂਹ ਉਹਨਾਂ ਦੇ ਸਹਿਯੋਗੀਆਂ ਦਾ, ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦਾ, ਸਾਊਂਡ ਵਾਲੇ ਵੀਰ ਦਾ, ਮੀਡੀਏ ਵਾਲੇ ਵੀਰਾਂ ਦਾ ਧੰਨਵਾਦ ਕਰਕੇ ਆਪਾਂ ਸੁਖਮਾ ਮੰਗਦਾ ਹਾਂ। ਸੰਗਤ ਜੀ, ਪਿੰਡ ਦਾ ਚੰਗਾ ਬੁਲਾਰਾ ਹੋਵੇ, ਚੰਗਾ ਪਹਿਲਵਾਨ ਹੋਵੇ, ਚੰਗਾ ਕੋਈ ਆਗੂ ਹੋਵੇ, ਚੰਗਾ ਕੋਈ ਲੀਡਰ ਹੋਵੇ, ਪਿੰਡ ਦਾ ਨਾਂ ਰੌਸ਼ਨ ਕਰਦਿਆ ਕਰਦਾ। ਤੁਹਾਡੇ ਨਗਰ ਦਾ ਮਹਾਨ ਢਾਡੀ ਵੀਰ ਜਗਮੋਹਨ ਸਿੰਘ ਜੀ ਕਲਾਰ, ਗੁਰੂ ਦੀ ਬਖਸ਼ਿਸ਼ ਹੈ, ਢਾਡੀ ਲਾਈਨ ਵਿੱਚ ਆਏ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦਾ ਸਦਕਾ ਤੁਹਾਡੇ ਪਿੰਡ ਦਾ ਨਾਂ ਰੌਸ਼ਨ ਕਰ ਰਹੇ। ਬੜਾ ਮੁਹੱਬਤ ਵਾਲਾ, ਬੜਾ ਮਲਾਪੜਾ ਸੱਜਣ ਹੈ। ਤੁਹਾਡੇ ਦਰਸ਼ਨ ਕਰਨ ਤੋਂ ਪਹਿਲਾਂ ਉਹਦੇ ਘਰ ਗਏ, ਉਹਨੇ ਬੜੀ ਰੱਜ ਕੇ ਸੇਵਾ ਕੀਤੀ ਹੈ, ਮੈਂ ਧੰਨਵਾਦ ਕਰਦਾ। ਹੋਈਆਂ ਭੁੱਲਾਂ ਨਜ਼ਰ ਅੰਦਾਜ਼ ਕਰਕੇ ਪਿਆਰ ਦਾ ਸਬੂਤ ਤੇ ਆਸ਼ੀਰਵਾਦ ਦੀ ਦਾਤ, ਫਤਿਹ ਦੇ ਸਿਮਰਨ ਦੇ ਨਾਲ ਬਖਸ਼ਿਸ਼ ਕਰੋ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।